ਜਸਟ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਬੜੀ ਹੋਰ ਵੀ ਜਿਵੇਂ ਟਾਈਮਸ ਅਸੀਂ ਕਿਸੇ ਬੰਦੇ ਨਾਲ ਗੱਲ ਕਰਦੇ ਹਾਂ, ਕਿਸੇ ਲੇਡੀ ਨਾਲ ਗੱਲ ਕਰਦੇ ਹਾਂ, ਅੱਜ ਵੀ ਉਹਨਾਂ 'ਚੋਂ ਇੱਕ ਟਾਈਮ ਹੈ, ਬੜੀ ਮਨ ਦੀ ਗੱਲ ਕੋਈ ਸ਼ੇਅਰ ਕਰ ਰਿਹਾ ਔਰ ਆਈ ਫੀਲ ਬੈਡ ਫੋਰ ਹਰ ਐਂਡ ਕੁਛ ਸਮਝ ਵੀ ਆਉਂਦੀ ਹੈ ਕਿ ਕਿਸ ਤਰ੍ਹਾਂ ਉਹ ਯੂ ਨੋ ਬੜੀ ਮੁਸ਼ਕਿਲ ਨਾਲ ਕਹਿੰਦੇ ਨੇ ਕਿ ਮੈਂ ਇਹ ਸਵਾਲ ਪੁੱਛ ਰਹੀ ਹਾਂ। ਬਹੁਤ ਦੇਰ ਤੋਂ ਗੱਲਬਾਤ ਦੇ ਨਾਲ ਜੁੜੇ ਹੋਏ ਨੇ, ਵਿੱਚ ਕਾਫੀ ਉਹਨਾਂ ਦਾ ਟਫ ਟਾਈਮ ਆਇਆ ਜਿਹੜਾ ਕਿ ਸਾਨੂੰ ਪਤਾ ਵੀ ਨਹੀਂ ਲੱਗਿਆ ਕਿ ਯੂ ਨੋ ਸ਼ੇਅਰ ਨਹੀਂ ਕੀਤਾ ਉਹਨਾਂ ਨੇ ਕਦੀ। ਬਟ ਐਨੀਵੇ ਇਹਨਾਂ ਦੇ ਕਹਿੰਦੇ ਨੇ ਕਿ ਹਸਬੈਂਡ ਏ ਅਤੇ ਇੱਕ ਹੋਰ ਹਸਬੈਂਡ ਦੇ ਫਰੈਂਡ ਪਾਰਟਨਰ ਬਿਜ਼ਨਸ ਇਕੱਠੇ ਕਰਦੇ ਸੀ। ਹਸਬੈਂਡ ਇਹਨਾਂ ਦੇ ਜੋਬ ਕਰਦੇ ਸੀ ਪਰ ਕਾਫੀ ਹਿੱਸਾ ਬਿਜ਼ਨਸ ਦਾ ਸੰਭਾਲਦੇ ਸੀ। ਫਿਜ਼ੀਕਲੀ ਇਹ ਕਾਫੀ ਉੱਥੇ ਜਾਂਦੇ ਸੀ। ਜੋ ਪਾਰਟਨਰ ਹੈਗੇ ਹੈ ਉਹ ਵੀ ਕੁਛ ਡਿਫਰੈਂਟ ਵਰਕ ਕੰਮ ਵੀ ਕਰਦੇ ਨੇ ਪਰ ਉਹ ਵਿੱਚ ਆਉਂਦੇ ਨੇ ਬਿਜ਼ਨਸ ਦੇ, ਪਰ ਕਾਫੀ ਹੱਦ ਤੱਕ ਉਹਨਾਂ ਦਾ ਵੀ ਇੱਕ ਆਪਣਾ ਰੋਲ ਹੈ, ਹਸਬੈਂਡ ਦਾ ਆਪਣਾ ਰੋਲ ਸੀ। ਕਹਿੰਦੇ ਜਿਹੜੀ ਪਾਰਟਨਰ ਦੀ ਵਾਈਫ ਹੈ ਉਹ ਹਾਊਸ ਵਾਈਫ ਹੈ, ਉਹ ਕਿਤੇ ਨਹੀਂ ਜਾਂਦੀ, ਬਿਜ਼ਨਸ ਵਿੱਚ ਵੀ ਨਹੀਂ ਆਉਂਦੀ। ਬਟ ਅਨਫੋਰਚੁਨੇਟਲੀ 23 ਸਾਲ ਪਹਿਲੇ ਇਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ। ਸੋ ਬਹੁਤ ਇੱਕਦਮ ਬਹੁਤ ਸ਼ੌਕਿੰਗ ਹੋਇਆ ਕਿਉਂਕਿ ਕੋਈ ਬਿਮਾਰ ਨਹੀਂ ਸੀ, ਕੁਛ ਨਹੀਂ ਸੀ, ਅਚਾਨਕ ਡੈਥ ਹੋਈ। ਸੋ ਇਟ ਵਾਜ਼ ਵੈਰੀ ਹਾਰਡ ਟੂ ਕਮ ਆਊਟ ਆਫ ਦੈਟ। ਕਹਿੰਦੇ ਕਿ ਰੱਬ ਨੇ ਬਹੁਤ ਸਾਥ ਦਿੱਤਾ, ਮਤਲਬ ਰੱਬ ਨਾਲ ਜੁੜੇ ਹੋਏ ਹੈ ਪਹਿਲੇ ਤੋਂ, ਹਸਬੈਂਡ ਬਹੁਤ ਰੱਬ ਨਾਲ ਜੁੜੇ ਹੁੰਦੇ ਸੀ। ਸੋ ਕਹਿੰਦੇ ਨੇ ਉਹ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਸਿਖਾ ਕੇ ਗਏ ਪਹਿਲੇ ਹੀ ਕਿ ਮੈਂ ਐਸੇ ਔਖੇ ਟਾਈਮ ਨਾਲ ਕਿਵੇਂ ਡੀਲ ਕਰਨਾ। ਸੋ ਆਈ ਐਮ ਡੂਇੰਗ ਓਕੇ। 6 ਮੰਥਸ ਕਾਫੀ ਪਾਰਟਨਰ ਨੇ ਸਾਥ ਦਿੱਤਾ, ਮੈਂ ਨਹੀਂ ਵੀ ਜਾਂਦੀ ਸੀ, ਕੁਛ ਨਹੀਂ, ਪਰ ਟੇਕ ਕੇਅਰ ਕੀਤਾ ਉਹਨਾਂ ਨੇ। ਅਤੇ ਹੁਣ ਮੈਂ ਆਪਣਾ ਬੈਕ ਟੂ ਨੋਰਮਲ ਸਾਰਾ ਜੋ ਕੰਮ ਕਰਦੀ ਹਾਂ, ਨਾਲ ਜਿਹੜੇ ਹਸਬੈਂਡ ਵੀ ਦਾ ਰੋਲ ਵੀ ਸੀਗਾ ਉਹ ਵੀ ਮੋਸਟਲੀ ਮੈਂ ਆਪਣੀ ਡੋਟਰ ਦੀ ਹੈਲਪ ਨਾਲ ਕਾਫੀ ਹੱਦ ਤੱਕ ਉਹ ਵੀ ਕਰਦੀ ਹਾਂ। ਸੋ ਸਮਝ ਮੈਨੂੰ ਪਹਿਲੇ ਵੀ ਸੀ ਪਰ ਐਟਲੀਸਟ ਕਿ ਹੀ ਯੂਜ਼ ਟੂ ਟੇਕ ਕੇਅਰ ਆਫ ਇਟ। ਇਹਨਾਂ ਦੀਆਂ ਦੋ ਕੁੜੀਆਂ, ਇੱਕ ਮੁੰਡਾ ਹੈ, ਕੁੜੀਆਂ ਵੱਡੀਆਂ ਨੇ, ਕਾਫੀ ਸਾਥ ਦਿੰਦੀਆਂ, ਉਹ ਵੀ ਆਪਣੀ ਆਪਣੀ ਪੜ੍ਹਾਈ ਕਰ ਰਹੀਆਂ ਨੇ। ਪਰ ਇਹਨਾਂ ਨੂੰ ਇਹਨਾਂ ਦਾ ਸੈਲਫ ਕੌਨਫੀਡੈਂਸ ਵਧਾਉਣ ਵਾਸਤੇ, ਇਹਨਾਂ ਦੀ ਇੱਕ ਤਰ੍ਹਾਂ ਨਾਲ ਸਪੋਰਟ ਕਰਨ ਵਾਸਤੇ ਬਹੁਤ ਸਾਥ ਦਿੰਦੀਆਂ ਨੇ। ਸੋ ਸ਼ੀ ਸੇਜ਼ ਕਿ ਹਰ ਚੀਜ਼ ਅਸੀਂ ਬੱਚਿਆਂ ਨਾਲ ਸ਼ੇਅਰ ਕਰਦੇ ਹਾਂ, ਮੈਂ ਸ਼ੇਅਰ ਕਰਦੀ ਹਾਂ ਕੁੜੀਆਂ ਨਾਲ, ਪਰ ਇੱਕ ਲੇਟੈਸਟ ਚੀਜ਼ ਹੈ ਜਿਹੜੀ ਬੜੀ ਤੰਗ ਇਹਨਾਂ ਨੂੰ ਕਰ ਰਹੀ ਹੈ। ਬਹੁਤ ਮਨ ਵਿੱਚ ਖਿਆਲ ਹਰ ਵੇਲੇ ਜਿਵੇਂ ਇੱਕ ਤਰ੍ਹਾਂ ਨਾਲ ਉਸ ਚੀਜ਼ ਦਾ ਆ ਰਿਹਾ ਕਿ ਪਾਰਟਨਰ ਦੀ ਜਿਹੜੀ ਵਾਈਫ ਹੈ ਉਹ ਕਹਿੰਦੇ ਪਹਿਲੇ ਵੀ ਥੋੜ੍ਹਾ ਡਿਫਰੈਂਟ ਸੀ, ਉਹ ਰੂਡ ਜੀ ਸੀ ਥੋੜ੍ਹਾ ਸਾਡੇ ਨਾਲ, ਪਰ ਹੁਣ ਜਦ ਤੋਂ ਮੈਂ ਇਕੱਲੀ ਹੋ ਗਈ ਹਾਂ ਇੰਝ ਲੱਗਦਾ ਕਿ ਬਹੁਤ ਜ਼ਿਆਦਾ ਰੂਡ ਹੋ ਗਈ ਔਰ ਜ਼ਾਹਰਾ ਤੌਰ 'ਤੇ ਕਈ ਵਾਰੀ ਬਹੁਤ ਸਰਕਾਸਟਿਕ ਔਰ ਬਹੁਤ ਇਸ ਤਰ੍ਹਾਂ ਗੱਲ ਕਰਦੇ ਹੈ। ਅਤੇ ਇਹਨਾਂ ਨੂੰ ਹੁਣ ਲੱਗਣਾ ਸ਼ੁਰੂ ਹੋਇਆ ਕਿ ਉਹ ਜੈਲਸ ਨੇ, ਬਹੁਤ ਜੈਲਸ ਹੋ ਜਾਂਦੇ ਨੇ ਫੋਰ ਨੋ ਗੁੱਡ ਰੀਜ਼ਨ, ਕਿ ਪਤਾ ਨਹੀਂ ਉਹਨਾਂ ਦੀ ਵੈਸੇ ਫਿਤਰਤ ਹੀ ਹੈ ਕਿ ਇਸ ਤਰ੍ਹਾਂ ਕਰਦੇ ਨੇ ਜਾਂ ਮੇਰੇ ਨਾਲ ਕਰ ਰਹੇ ਨੇ, ਪਰ ਮੈਂ ਸਮਝ ਨਹੀਂ ਆਉਂਦੀ ਕਿ ਮੈਂ ਅਫੋਰਡ ਨਹੀਂ ਕਰ ਸਕਦੀ ਕਿ ਪਾਰਟਨਰਸ਼ਿਪ ਤੋੜ ਦਿੱਤੀ ਜਾਏ ਜਾਂ ਸੈਪਰੇਟ ਆਪਣਾ ਬਿਜ਼ਨਸ ਕਰ ਲਿਆ ਜਾਏ, ਕਿਉਂਕਿ ਉਹਨਾਂ ਦਾ ਕਾਫੀ ਰੋਲ ਹੈ, ਪੈਸਾ ਵੀ ਦੋਨਾਂ ਦਾ ਲੱਗਾ ਹੋਇਆ ਹੈ ਐਂਡ ਬਹੁਤ ਉਹਨਾਂ ਨੇ ਔਖੇ ਵੇਲੇ ਇਸ ਟਾਈਮ ਮੇਰਾ ਸਾਥ ਵੀ ਦਿੱਤਾ ਹੈ। ਬਟ ਉਹਦੇ ਇਲਾਵਾ ਕੁਛ ਮੈਂ ਨਹੀਂ ਚਾਹੁੰਦੀ ਕਿ ਕਿਸੇ ਦੇ ਦਿਮਾਗ 'ਚ ਵੀ ਕੁਛ ਆਏ। ਸੋ ਆਪਣੇ ਕੁੜੀਆਂ ਨਾਲ ਮੈਂ ਗੱਲ ਕੀਤੀ ਹੈ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਵੀ ਮਿਲਦੇ ਹੈ ਉਹ ਇਸ ਤਰ੍ਹਾਂ ਨਾਲ ਪੇਸ਼ ਆਉਂਦੀਆਂ ਜਿਵੇਂ ਕਿ ਮੈਨੂੰ, ਕਿਉਂਕਿ ਹੋਰ ਕੋਈ ਰੀਜ਼ਨ ਨਹੀਂ ਹੋ ਸਕਦਾ, ਕਦੀ ਅਸੀਂ ਇੰਟਰੈਕਟ ਨਹੀਂ ਕੀਤਾ, ਕਦੀ ਅਸੀਂ ਕੋਈ ਹੋਰ ਚੀਜ਼ ਸਾਡੀ ਸਾਂਝੀ ਨਹੀਂ ਹੋਈ। ਸੋ ਥੋੜ੍ਹਾ ਮਿਲਦੇ ਹਾਂ, ਥੋੜ੍ਹੇ ਦੇ ਵਿੱਚ ਹੀ ਉਹ ਇੰਨੀ ਐਨਰਜੀ ਇਸ ਤਰ੍ਹਾਂ ਦੀ ਦੇ ਕੇ ਜਾਂਦੇ ਹੈ ਜਿਵੇਂ ਕਿ ਨਫ਼ਰਤ ਕਰਦੇ ਹੋਣ ਮੇਰੇ ਤੋਂ। ਸੋ ਆਈ ਡੋਂਟ ਨੋ ਵਾਟ ਟੂ ਡੂ ਅਬਾਊਟ ਇਟ, ਕਿਉਂਕਿ ਮੇਰੇ ਹੱਥ ਪਾਰਟਨਰਸ਼ਿਪ ਤੋੜਨੀ ਜਾਂ ਬਿਜ਼ਨਸ ਸੈਪਰੇਟ ਕਰਨਾ ਤਾਂ ਹਾਲੇ ਮੈਨੂੰ ਨਹੀਂ ਲੱਗ ਰਿਹਾ, ਉਹ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦਾ ਆਪਣਾ ਰੋਲ ਹੈ, ਉਹ ਕਰ ਰਹੇ ਹੈ ਔਰ ਸਭ ਕੁਛ ਐਡ ਕਰਕੇ ਇਹ ਬਿਜ਼ਨਸ ਠੀਕ ਚੱਲ ਰਿਹਾ। ਪਰ ਓਵਰਆਲ ਮੈਂ ਉਹਨਾਂ ਨਾਲ ਗੱਲ ਕਰਾਂ ਇਸ ਚੀਜ਼ ਦੀ, ਜ਼ਾਹਿਰਾ ਤੌਰ 'ਤੇ ਕਿ
यू नो ऑब्वियस हो जाएगा कि मैं समझ रही हूँ इस तरह की चीज़, वह भी नहीं ठीक लग रहा, सो समझ नहीं आती की करा, पर मेरे दिमाग दे विच कुछ देर तो बहुत देर बहुत चली जा रहा है, क्योंकि कुछ दिन तो कोई होर कॉमन फ्रेंड्स हैं, उन्होंने फंक्शंस चल रहे सी, कुछ चल रहा सी, उन्होंने उत्ते मुलाकात बार बार हो रही है, सो उस चक्कर जो भी मुलाकात होंगी है यह एनर्जी मिलती है, बड़ा अपसेट रहता है दिमाग उस दिन, फिर मैं कहनी हाँ ठीक है वह अपना कर्म है, मेरा अपना है, मैं अपना यू नो चंगी नीयतों नाल काम करी जावा, सब ठीक होएगा। वड्डी बेटी काफ़ी समझदी है और वड्डी है, सो उहदे नाल मैं शेयर भी किया, उन्हों भी दिखता है कि इस तरह वो लेडी करती है, पर समहाउ कहते हैं गलबात दे परिवार को पूछना चाहती हाँ कि कुछ है जो मैं कर सकती हाँ, क्योंकि हुण मेरे मन ते इस वेले हावी होया हुआ है कि वाई आई मीन एनीथिंग आई कैन डू आई शुड डू, पर कोई ज़्यादा असी इकट्ठे होने का भी कोई मौके इन्ने नहीं मिलते कि हाँ भाई काम ते मैं भी जाना है ते उहदे हसबेंड ने भी आना है, ऐसा कुछ नहीं हुंदा, बहुत थोड़ी देर साड़ा इंटरैक्शन हुंदा है, बड़ा प्रोफेशनल इंटरैक्शन हुंदा है, फिर भी उहदा जिहड़ा एनर्जी है जिस तरह वो गल करदी है वह बड़ा इन्हां नूं इंज लगता है, शी इज़ अज्यूमिंग कि वो जो भी करती है वो तो यह लगता है जिम्मे कि बहुत जैलस है, स्पेशली आफ्टर कि मैं मेरे हसबेंड पूरे हो गए हैं, सो कहें पहले 5-3 महीने तो बड़ी सपोर्टिंग के आना जाना बिजनेस के विच यू नो जो जो मैं करती सी उदा भी उन्होंने क्या कोई वो नहीं है, वो पार्टनर ही करते रहे, बट हुण उंज लगता है कि जिन्ना को आप भी आते ने उन्होंने रोकते भी ने, रोकण ना रोकण उन्हां दी प्रॉब्लम है, बट मैनू जो वाइब्स देंदे आ हर वारी जो मैं मिलती हाँ वो बहुत अनकंफर्टेबल करती हैं, सो प्लीज़ मैनू दसो कि इफ एनीथिंग आई कैन डू तो मैनू करना चाहिए, पर मैं बिजनेस अलग करा या यू नो पार्टनरशिप तोड़ दा कि सैपरेट बिजनेसिस करन लग जाइए, वो इस विच असी इस हालात विच नहीं है, सो ज़रूर इन्हों दसो की कहते हो, मैं कॉल्स भी लेंदी हाँ, आई नो बहुत हो सकता है कि कई बार सिचुएशन सिमिलर होए, कई बार हो सकता सिचुएशन थोड़ी डिफरेंट भी होए, पर एक बंदा जड़ा कि उन्हों की हूँ फितरत है उन्हों की पर्सनैलिटी है कि वह हर किसी के नाल इस तरह यू नो हसबेंड दे या हसबेंड ने कभी रीजनस दिते हैं हू नोज यू नो कि वह इस तरह क्यों कर रहे हैं, क्योंकि इन्हों का कहना है कि इन्हों तो कभी रीजनस नहीं गए, सो शी इज़ श्योर अबाउट इट एंड कहीं मैं लगता कि वाई इज़ शी डूइंग दिस, एक कड़वाहट इन्नी ज़्यादा क्यों रेडिएट होंगी उन्हों तो, सो जरूर इन्हों दसो कि कोई एक्सपीरियंसिस थोड़े कि इंज दर्सनैलिटीज़ कहीं होंगे कि तुम मिलते ही थोड़ा लगता है कि कुछ ऊज आउट हो रहा है, कुछ नैगेटिविटी यू नो पहुँच रही है थोड़े ते, या वो कुछ कहना चाह रहे हैं जोड़े कह नहीं पा रहे तो वो डिफरेंट तरीके दे नाल यू नो बाहर आ रहा है विच हर्ट्स, सो आई वी अंडरस्टैंड दैट, सो जो भी तुसी यू नो सोच रहे हो कॉल जरूर करो, गल जरूर करो, लेट्स सी सारे की कह रहे हैं, इन्हों पुछना शुरू कर दे। हैलो हैलो सत श्री अकाल जसप्रीत, हाँ जी हाँ जी, मैं सहमत जितना तुसी कह रहे हो जेलसी हैगी है, हाँ जी नाल की पता इनसिक्योरिटी होएगी, सानू हुण पता नहीं हैगा क्यों हो रहा, राइट राइट ते शुरू तो हैगा पर हुण ज्यादा हो गया जदी हस्बैंड दी डेथ हुई है, जी जी आई मीन शुरू तो उहनां नूं लगदा है कि पहले एक तरह सिर्फ ए लगदा सी कि रूट जे है यू नो हां मिलापड़े नहीं ने कुछ अपने च रहंदे है, पर हुण इंज लगदा है कि शी इज लाइक सरकास्टिक ऑल द टाइम, ऐसा कुछ नहीं है बिजनेस, शुरू तो नंबर 1 मेरा कम्युनिकेशन हैगा, ओके चीज राइट, जी 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 जी, पर कम्युनिकेशन वही उन्होंने क्या एक्चुअली कि मैं लगता है मैं उन्होंने सीधा गल करा, पर गल करा कि ऑब्वियस किस तरह मैं खुद ही कहां कि तुसी इंज क्यों बड़ा कहंदे, मैं वो भी ऑड लग रहा है कि अगर कहां तो की कहां, राइट ते मैं कहांगी आई नो डिफिकल्ट कन्वर्सेशंस मैं कहनियां बहुत औखियां होंदियां करनियां पर सानू करनियां पैंदियां, जस्ट करांगी गल करन
ਤੇ ਪਹਿਲਾਂ ਹੀ ਨਾ ਜਿੱਦਾਂ ਹੁਣ ਕਹਿ ਰਿਹਾ ਹੈਗਾ ਜੋ ਕੁਛ ਇਹਨਾਂ ਨੂੰ ਮਹਿਸੂਸ ਹੋ ਰਿਹਾ ਹੈਗਾ ਆਪਣੇ ਦਿਲ ਦੇ ਵਿੱਚ ਜੀ ਉਹਦੇ ਨਾਲ ਸਾਂਝਾ ਕਰਨਾ ਮੇ ਬੀ ਕੋਈ ਸਪੈਸੀਫਿਕ ਇੰਸੀਡੈਂਟ ਹੋਣ ਕੁਛ ਇਵੈਂਟਸ ਜਾਂ ਕੋਈ ਚੀਜ਼ਾਂ ਇਹਨਾਂ ਨੂੰ ਜ਼ਿਆਦਾ ਕੁਛ ਫੀਲ ਹੋਇਆ ਓਕੇ ਥੋੜਾ ਸਪੈਸੀਫਿਕ ਹੋਣ ਤੇ ਉਹ ਰਿਲੇਟ ਕਰਨਾ ਤੇ ਫਿਰ ਉਹਨੂੰ ਪੁੱਛਣ ਕਿ ਮੈਂ ਸਹੀ ਹੈਗੀ ਆ ਕਿ ਗਲਤ ਹੈਗੀ ਆ ਜੋ ਮੈਂ ਫੀਲ ਕਰ ਰਹੀ ਹੈਗੀ ਆ ਓਕੇ ਠੀਕ ਹੈ ਇਸ ਤਰ੍ਹਾਂ ਲੱਗ ਰਿਹਾ ਹੈਗਾ ਤੇ ਫਿਰ ਮਤਲਬ ਉਹ ਦੱਸੇਗੀ ਆਪਣੇ ਵੱਲੋਂ ਤੇ ਉਹ ਉਹਦੀ ਇਨਫੋਰਮੇਸ਼ਨ ਜਿਸ ਤਰ੍ਹਾਂ ਉਹ ਫੀਲ ਕਰਦੀ ਹੈ ਟਰਾਈ ਟੂ ਗੇਟ ਆਊਟ ਆਫ ਹਰ ਬਈ ਉਹ ਕਿਸ ਤਰ੍ਹਾਂ ਫੀਲ ਕਰ ਰਹੀ ਹੈ ਬਈ ਕੀ ਚੱਲ ਰਿਹਾ ਕੀ ਹੋ ਰਿਹਾ ਤੇ ਬਈ ਤੁਸੀਂ ਇੰਪਰੂਵ ਕਰਨਾ ਚਾਹੁੰਦੇ ਹੋ ਜੋ ਇਹ ਫੀਲ ਕਰ ਰਿਹਾ ਮਤਲਬ ਉਹ ਮੇਨ ਪਰਪਸ ਉਹ ਗੱਲ ਕਰਨ ਦਾ ਉਹੀ ਹੈਗਾ ਬਈ ਇਹਨਾਂ ਦਾ ਜੋ ਡੀਲਿੰਗਸ ਹੈਗੀਆਂ ਮਤਲਬ ਉਹ ਇੰਪਰੂਵ ਕਰਨੀਆਂ ਹੈਗੀਆਂ ਤੇ ਅਸੂਮ ਨਾ ਕੁਛ ਵੀ ਕਰਨ ਪਰ ਉਹਦੇ ਵੱਲੋਂ ਉਹ ਦੱਸੇ ਬਈ ਕਿਉਂ ਕੀ ਇਸ ਤਰ੍ਹਾਂ ਕੀ ਮੈਂ ਕੁਛ ਕੀਤਾ ਹੈਗਾ ਮੈਂ ਕੁਛ ਕਰ ਸਕਦੀ ਹਾਂ ਠੀਕ ਹੈ ਸੋ ਕਮਿਊਨੀਕੇਸ਼ਨ ਹੀ ਹੋ ਗਈ ਤੁਹਾਡੇ ਹਿਸਾਬ ਨਾਲ ਤੁਹਾਨੂੰ ਲੱਗਦਾ ਹੈ ਕਿ ਦੈਟ ਵਿਲ ਹੈਲਪ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਸੋਚ ਲੈਣ ਕੀ ਕੁਛ ਕਹਿਣਾ ਠੀਕ ਹੈ ਜਸਪ੍ਰੀਤ ਤੇ ਉਹ ਸਾਰਾ ਫਿਰ ਉਹ ਆਪਣੇ ਵੱਲੋਂ ਦੱਸੇਗੀ ਉਹ ਗੋਲ ਹੈਗਾ ਪਰਪਸ ਹੈਗਾ ਬਈ ਉਹ ਸਾਰਾ ਆਪਣੇ ਵੱਲੋਂ ਆਪਣੇ ਦਿਲੋਂ ਉਹ ਵੀ ਗੱਲ ਕਰੇ ਚਲੋ ਠੀਕ ਹੈ ਮਨ ਦੀ ਗੱਲ ਬਹੁਤ ਵਧੀਆ ਜਸਪ੍ਰੀਤ ਹੋਰ ਵੀ ਕੁਛ ਧਿਆਨ ਆਏ ਤੇ ਜ਼ਰੂਰ ਕਾਲ ਕਰੋ ਪਰ ਸੋਚ ਕੇ ਰੱਖ ਲਓ ਪਹਿਲੇ ਕੀ ਕਹਿਣਾ ਹੈ ਸੋ ਇਹਨਾਂ ਨੂੰ ਲੱਗਦਾ ਹੈ ਕਮਿਊਨੀਕੇਸ਼ਨ ਬਟ ਉਹਨਾਂ ਦਾ ਪਹਿਲੇ ਹੀ ਸਵਾਲ ਸੀਗਾ ਕਿ ਮੈਨੂੰ ਕਈ ਵਾਰ ਲੱਗਦਾ ਕਿ ਮੈਂ ਜਾ ਕੇ ਗੱਲ ਕਰਾਂ ਕਿ ਵਾਈ ਯੂ ਡੂਇੰਗ ਦਿਸ ਬਟ ਦੈਨ ਮੈਨੂੰ ਲੱਗਦਾ ਕਿ ਕੀ ਕਵਾਂ ਇਹ ਮੇਰੇ ਮਨ ਦਾ ਹੀ ਉਹ ਕਹੇਗੀ ਤੇਰੇ ਮਨ ਦਾ ਹੀ ਖਿਆਲ ਹੈ ਐਸਾ ਕੁਛ ਨਹੀਂ ਹੈ ਬਟ ਮਤਲਬ ਲੱਗ ਵੀ ਰਿਹਾ ਹੈ ਬਟ ਹੁਣ ਜ਼ਾਹਿਰਾ ਤੌਰ 'ਤੇ ਕੀ ਕਹਿ ਸਕਦੀ ਹਾਂ ਸੋ ਇਹਦੇ ਬਾਰੇ ਅਗਰ ਕੁਛ ਧਿਆਨ ਹੈ ਤਾਂ ਯੂ ਨੋ ਉਹ ਵੀ ਤੁਸੀਂ ਸੋਚ ਕੇ ਰੱਖੋ ਲੈਂਦੀ ਹੈ ਇੱਕ ਛੋਟੀ ਜਿਹੀ ਬ੍ਰੇਕ ਡੋਂਟ ਗੋ ਐਨੀਵੇਅਰ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਨੈਗੇਟਿਵ ਐਨਰਜੀ ਇੱਕ ਬੰਦੇ ਤੋਂ ਬਹੁਤ ਨੈਗੇਟਿਵ ਐਨਰਜੀ ਇਹਨਾਂ ਨੂੰ ਲੱਗਦਾ ਇਹਨਾਂ ਦੀ ਅਸੰਪਸ਼ਨ ਹੈ ਕਿ ਉਹ ਜੈਲਸੀ ਹੈ ਕਾਹਦੀ ਤਰ੍ਹਾਂ ਦੀ ਜੈਲਸੀ ਹੈ ਟੂ ਬੀ ਵੈਰੀ ਕਲੀਅਰ ਐਂਡ ਓਨੈਸਟ ਕਿ ਉਹਨਾਂ ਨੂੰ ਇਹ ਵੀ ਲੱਗਦਾ ਕਿ ਕਿਉਂਕਿ ਉਹ ਇਕੱਲੇ ਰਹਿ ਗਏ ਨੇ ਕਿਤੇ ਉਹ ਆਪਣੇ ਯੂ ਨੋ ਹਸਬੈਂਡ ਦੇ ਨੇੜੇ ਨਾ ਹੋ ਜਾਏ ਜ਼ਿਆਦਾ ਤਾਰੀਫ ਨਾ ਕਰਨ ਉਹਨਾਂ ਦੀ ਸੋ ਉਸ ਤਰ੍ਹਾਂ ਦੀ ਚੀਜ਼ਾਂ ਦੇ ਵਿੱਚ ਬਟ ਇਹਨਾਂ ਦੀ ਅਸੰਪਸ਼ਨ ਹੈ ਕੋਈ ਯੂ ਨੋ ਪਰੂਫ ਨਹੀਂ ਹੈ ਇੰਝ ਦਾ ਬਟ ਓਵਰਆਲ ਇਹ ਜ਼ਰੂਰ ਹੈ ਕਿ ਹਰ ਵੇਲੇ ਉਸਦਾ ਦਾ ਰੂਡ ਸਰਕਾਸਟਿਕ ਹੋਣਾ ਕਟਾਂਗਸ਼ ਕੱਟਣਾ ਹਰ ਚੀਜ਼ 'ਤੇ ਨੈਗੇਟਿਵ ਐਨਰਜੀ ਮਿਲਦੀ ਹੈ ਉਹਨਾਂ ਤੋਂ ਸੋ ਕਿਵੇਂ ਡੀਲ ਕਰਨ ਆਈ ਥਿੰਕ ਉਹ ਕਾਫੀ ਤੁਸੀਂ ਸਲਾਹ ਦੇ ਸਕਦੇ ਹੋ ਬੜੀ ਵਾਰੀ ਕੋਈ ਇਨਸਾਨ ਹੁੰਦੇ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਐਨਰਜੀ ਰੇਡੀਏਟ ਕਰਦੇ ਹੈ ਸੁੱਟਦੇ ਹੈ ਅਤੇ ਕਿਸ ਤਰ੍ਹਾਂ ਡੀਲ ਕਰਦੇ ਹੋ ਫਿਰ ਉਹਨਾਂ ਨਾਲ ਜੇ ਤੁਸੀਂ ਉਹ ਗੁਜ਼ਾਰਾ ਨਹੀਂ ਹੈ ਕਿ ਹਾਂਜੀ ਤੋੜ ਲਓ ਦੁਬਾਰਾ ਕਦੀ ਮਿਲਣਾ ਨਹੀਂ ਲੋੜ ਨਹੀਂ ਹੈ ਉਹਨਾਂ ਨੂੰ ਅਵੋਇਡ ਕਰੋ ਅਵੋਇਡ ਵੀ ਨਹੀਂ ਹੋ ਸਕਦੇ ਸੋ ਕਿਸ ਤਰ੍ਹਾਂ ਸੋ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਸਾਨੂੰ ਪੁੱਛੋ ਜੀ ਬੇਟਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਥੈਂਕ ਯੂ ਆਂਟੀ ਜੀ ਦੱਸੋ ਕੀ ਕਹਿੰਦੇ ਹੋ ਤੁਹਾਨੂੰ ਪੁੱਛਿਆ ਕਹਾਂਗੀ ਇੱਕ ਆਪਣੀ ਆਦਤ ਤੇ ਛੋਟੀ ਨਾਲ ਆਪਾਂ ਦਿਮਾਗ ਤੇ ਬੋਝ ਪਾ ਕੇ ਸੋਚਣ ਲੱਗ ਜਾਂਦੇ ਹਾਂ ਹਾਂਜੀ ਆਪਣੀ ਸਿਹਤ ਨੂੰ ਜੇ ਬਾਹਰ ਬੇਟਾ ਬਿਜ਼ਨਸ ਸੋਹਣਾ ਚੱਲ ਰਿਹਾ ਹੈ ਉਹ ਉਹਨਾਂ ਦੀ ਹੈਲਪ ਕਰ ਰਹੇ ਸਾਰਾ ਫੈਮਿਲੀ ਨਾਲ ਲੱਗੇ ਹੋਏ ਨੇ ਇੱਕ ਰੋਟੀ ਰੋਜ਼ੀ ਇੱਕ ਬੰਦਾ ਚਲਾ ਗਿਆ ਅਸੀਂ ਰੋਟੀ ਰੋਜ਼ੀ ਖਾ ਕੇ ਬਹਿ ਜਾਈਏ ਇਹ ਕੋਈ ਸਿਆਣਪ ਨਹੀਂ ਇੱਕ ਦੂਜੀ ਉਹ ਮਿਲਦੀ ਹੈ ਨਾ ਜਦੋਂ ਰੂਟ ਜੇ ਫੇਸ ਹੋਰ ਵੇ ਬਣਾ ਕੇ ਤੇ ਬੇਟਾ ਉਹਨੂੰ ਕਹਿ ਦੇਣਾ ਚਾਹੀਦਾ ਸਖੀ ਨਾਲ ਛੂਹ ਭਲਾ ਜਿਹੜਾ ਤੁਰਤ ਦੇ ਜਵਾਬ ਉਹਨੂੰ ਕਹਿ ਭੈਣ ਜੀ ਤੁਸੀਂ ਸਾਨੂੰ ਆਸਰਾ ਦਿਆ ਕਰੋ ਸਾਨੂੰ ਸਹਾਰਾ ਦਿਆ ਕਰੋ ਸਾਨੂੰ ਹੱਸ ਕੇ ਮਿਲਿਆ ਕਰੋ ਕੋਈ ਨੀ ਭੈਣ ਤੁਹਾਨੂੰ ਤਕਲੀਫ ਪਹੁੰਚੀ ਅਸੀਂ ਤੁਹਾਡੇ ਨਾਲ ਹਾਂ ਤੇ ਸਾਡਾ ਬੜਾ ਦਿਲ ਖੁਸ਼ ਹੈ ਤੁਸੀਂ ਜਦੋਂ ਸਾਨੂੰ ਮਿਲਦੇ ਹੋ ਏਦਾਂ ਕਰਕੇ ਮਿਲਦੇ ਕਿਉਂ ਮਿਲਦੇ ਹੋਵੇ ਇਵੇਂ ਨਾ ਮਿਲਿਆ ਕਰੋ ਸਾਨੂੰ ਥੋੜਾ ਜਿਹਾ ਮਹਿਸੂਸ ਹੁੰਦਾ ਉਹ ਉੱਥੇ ਹੀ ਰੁਕ ਜਾਏਗੀ ਨੰਬਰ ਫਿਰ ਉਸ ਤੋਂ ਪਿੱਛੇ ਪਾਰਟਨਰ ਨਾਲ ਵੀ ਗੱਲ ਕਰਨੀ ਚਾਹੀਦੀ ਭਾਈ ਸਾਹਿਬ ਜਦੋਂ ਤੁਹਾਡੇ ਵਾਈਫ ਮਿਲਦੇ ਸਾਨੂੰ ਇਸ ਤਰ੍ਹਾਂ ਮਿਲਦੇ ਸਾਨੂੰ ਥੋੜੀ ਠੋਸ ਪਹੁੰਚਦੀ ਤੇ ਕੀ ਗੱਲ ਹੈ ਕਿਸ ਤਰ੍ਹਾਂ ਆਪਾਂ ਸੋਹਣਾ ਬਿਜ਼ਨਸ ਚਲਾ ਰਹੇ ਚੰਗਾ ਚੱਲ ਰਿਹਾ ਹੈ ਹੈਲਪ ਕਰ ਰਹੇ ਤੁਸੀਂ ਅਸੀਂ ਸਾਰੇ ਲੱਗੇ ਹੋਏ ਆ ਆਪਾਂ ਰੋਟੀ ਰੁਜ਼ਗਾਰ ਨੂੰ ਅੱਗੇ ਵਧਾਉਣਾ ਹੈ ਇਹ ਗੱਲ ਤੁਸੀਂ ਮੈਨੂੰ ਦੱਸੋ ਮੈਂ ਆਪਣੇ ਮਨ ਦੀ ਚਿੰਤਾ ਦੂਰ ਕਰਾਂ ਤੁਸੀਂ ਪੁੱਛੋ ਇਸ ਤਰ੍ਹਾਂ ਕਿਉਂ ਮਿਲਦੇ ਨੇ ਮੈਂ ਤੁਹਾਡੀ ਵਾਈਫ ਨਾਲ ਵੀ ਗੱਲ ਕਰ ਲਈ ਤਾਂ ਤੁਸੀਂ ਵੇਖਣਾ ਉੱਥੇ ਹੀ ਮਸਲਾ ਹਾਲ ਹੋ ਜਾਏਗਾ ਮੁੜ ਕੇ ਆਪੇ ਸਤਿ ਸ਼੍ਰੀ ਅਕਾਲ ਪਿਆਰ ਨਾਲ ਬੁਲਾਇਆ ਕਰੇਗੀ ਮੇਰਾ ਇਹਨਾਂ ਨੂੰ ਮਹਿਸੂਸ ਹੋਇਆ ਵੀ ਮੈਂ ਇਸ ਤੇ ਪੇਸ ਨਾਲ ਇਹਨਾਂ ਨੂੰ ਨਹੀਂ ਮਿਲਾਂਗੀ ਅਗਲੇ ਦੁਖੀ ਬੰਦੇ ਦੀ ਕੋਈ ਸੋਚੀਦਾ ਨਿਰਾ ਇਹ ਆਪਣੇ ਦਿਲ ਤੇ ਨਾ ਦਿਮਾਗ ਤੇ ਬੋਝ ਪਾਈ ਜਾਣਾ ਮੈਂ ਮਨ ਨਹੀਂ ਆ ਉਹਨੇ ਮਨ ਚ ਹੋਵੇਗਾ ਇਹਦੇ ਹਸਬੈਂਡ ਨਹੀਂ ਹੈਗੇ ਲੇਕਿਨ ਚਿੰਤਾ ਨਾ ਲਾਉਣ ਸੋਚਣ ਨਾ
ਸਿੱਧਾ ਹੀ ਉਹਨਾਂ ਨੂੰ ਕਹਿ ਦੇਣ, ਭੈਣ ਜੀ ਸਾਨੂੰ ਐਵੇਂ ਨਾ ਮਿਲਿਆ ਕਰੋ, ਅਸੀਂ ਮਹਿਸੂਸ ਕਰ ਰਹੇ, ਸਾਨੂੰ ਹੱਸ ਖੇਡ ਕੇ ਮਿਲੋ, ਸਾਨੂੰ ਸਹਾਰਾ ਦਿਆ ਕਰੋ, ਆਪਾਂ ਪਾਰਟਨਰ ਹਾਂ, ਆਪਣੀ ਰੋਟੀ ਸਕਾਰ ਚੰਗਾ ਚੱਲ ਰਿਹਾ ਹੈ ਤੇ ਤੁਸੀਂ ਸਾਨੂੰ ਸਹਾਰਾ ਦਿਓ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਨੂੰ ਆਈ ਕਿਹਾ ਉਹਨੂੰ ਇੰਨੀ ਇੰਨੀ ਉਹਨੇ ਆਪਣੇ ਆਪ ਦੀ ਸ਼ਰਮ ਖਾ ਜਾਣੀ ਬਹੁਤ ਜ਼ਿਆਦਾ। ਠੀਕ ਹੈ ਜੀ, ਆਂਟੀ ਜੀ ਬਹੁਤ ਵਧੀਆ, ਥੈਂਕ ਯੂ ਸੋ ਮਚ। ਹੋਰ ਪੁੱਛਦੇ ਆ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਆ। ਹੈਲੋ ਹੈਲੋ ਹਰਵਿੰਦਰ ਜੀ, ਮੈਂ ਸੁਰਜੀਤ ਬੋਲਦੀ ਆ। ਹਾਂਜੀ ਸੁਰਜੀਤ ਜੀ, ਹਾਂਜੀ ਕੀ ਕਹਿੰਦੇ ਹੋ? ਵਿੱਚ ਇਹ ਕਹੂੰਗੀ ਵੀ ਜਿਹੜਾ ਉਹ ਸਾਡੇ ਘਰ ਵਿੱਚ ਵੀ ਹੈਗਾ, ਕਿਉਂਕਿ ਮੇਰੀ ਲੜਕੀ ਜਿਹੜੀ ਵੱਡੀ ਜਿਹੜੀ ਉਹ ਵੀ ਵਿਡੋ ਆ। ਅੱਛਾ ਜੀ। ਹਾਂਜੀ, ਜਦੋਂ ਜੇ ਬਾਹਰ ਜਾਂਦੀ ਆ ਤੇ ਬਾਹਰ ਮਤਲਬ ਕਿ ਉਹਨੂੰ ਇਸ ਤਰ੍ਹਾਂ ਹੈ ਵੀ ਜਿਹੜੀਆਂ ਵਿਆਹੇ ਉਹਨਾਂ ਬੁਰੀ ਨਜ਼ਰ ਵੱਲ ਵੇਖਦੀਆਂ ਵੀ ਸਾਡੇ ਬੰਦਿਆਂ ਨਾਲ ਕੋਈ ਗੱਲ ਨਾ ਕਰੇ, ਆਹ ਨਾ ਕਰੇ, ਆਹ ਨਾ ਕਰੇ, ਧਿਆਨ ਰੱਖਦੀਆਂ। ਉਹ ਆਪਣਾ ਕੰਮ ਕਰਦੀ ਆ, ਆਪਣੇ ਬੱਚੇ ਪਾਲਦੀ, ਬੱਚੇ ਚਲੋ ਪੜਾ ਪੜੂ ਲੈ ਜੋ ਵੀ ਕੁਛ ਹੋਇਆ ਠੀਕ ਕੀ ਆ ਕਰਦੀ ਆਪਣੇ ਲਈ। ਪਰ ਇਹ ਆ ਵੀ ਇਹ ਕੁਦਰਤ ਵੱਲੋਂ ਆਮ ਜਿਹੜੇ ਪੁਰਾਣੇ ਕਹਿੰਦੇ ਹੁੰਦੇ ਜੇ ਜਿਹੜੀ ਜਨਾਨੀ ਵਿਡੋ ਉਹਨੂੰ ਘਰ ਚੂਹੇ ਖਾਂਦੇ ਤੇ ਬਾਹਰ ਸਪੈਸ਼ਲੀ ਜਨਾਨੀ ਵਾਸਤੇ ਜਨਾਨੀ ਉਹ ਲੱਗਦੀ ਹੈ। ਇਹੋ ਜਿਹੀ ਗੱਲ ਆ ਵੀ ਜਨਾਨੀ ਨੂੰ ਸਾਰੇ ਖਾਂਦੇ ਨੇ, ਬਾਕੀ ਬੰਦੇ ਨੂੰ ਬੰਦਾ ਪਤਾ ਕਿ ਦੋ ਵਿਆਹ ਕਰਾ ਲੇ, ਤਿੰਨ ਵਿਆਹ ਕਰਾ ਲੇ, ਕੁਛ ਨੀ ਕਹੂਗਾ, ਮਰ ਜਾ ਤੇ ਕੋਈ ਗੱਲ ਨੀ, ਬੇਟੀ ਨੂੰ ਜਰਾ ਸਟਰੋਂਗ ਹੋਣਾ ਚਾਹੀਦਾ, ਕੋਈ ਗੱਲ ਨੀ ਜੇ ਕੋਈ ਕਰਦੀ ਤੇ ਕੋਈ ਕਰੇ, ਆਪ ਤੁਸੀਂ ਠੀਕ ਹੋ, ਆਪਣੀ ਰੋਟੀ ਕਮਾਉਂਦੇ ਹੋ ਖਾਂਦੇ ਹੋ ਤੇ ਉਹ ਕੇਅਰ। ਨਹੀਂ ਬਹੁਤ ਵਧੀਆ, ਥੈਂਕ ਯੂ ਸੋ ਮਚ। ਇਸ ਹੋਰ ਵੀ ਕੁਛ ਧਿਆਨ ਆਇਆ ਜ਼ਰੂਰ ਦੱਸਿਓ ਵੀ ਜਿਸ ਤਰ੍ਹਾਂ ਸੁਰਜੀਤ ਜੀ ਕਹਿ ਰਹੇ ਕਿ ਐਟੀਟਿਊਡ ਉਹ ਚਾਹੀਦਾ ਕਿ ਕੌਨਫੀਡੈਂਸ ਵਾਲਾ ਕਿ ਜੋ ਮਰਜ਼ੀ ਕਰੋ, ਮੈਨੂੰ ਪਤਾ ਹੈ ਮੈਂ ਬੈਸਟ ਕਰ ਰਹੀ ਹਾਂ, ਮੈਂ ਨੀਅਤਾਂ ਮੇਰੀਆਂ ਚੰਗੀਆਂ, ਮੈਂ ਬੱਚੇ ਪਾਲ ਰਹੀ ਹਾਂ ਆਪਣੀਆਂ, ਦਿਸ ਇਜ਼ ਵਾਟ ਆਈ ਐਮ ਡੂਇੰਗ, ਆਈ ਮੀਨ ਆਪਣੀ ਸਿਹਤ 'ਤੇ ਅਸਰ ਨਾ ਕਰੋ। ਉਹ ਇੱਕ ਇਹਨੂੰ ਕਹਿਣਾ ਆਸਾਨ ਅਤੇ ਯੂ ਨੋ ਜਿਹੜਾ ਉੱਥੇ ਹੁੰਦਾ ਉਹਨੂੰ ਜ਼ਿਆਦਾ ਪਤਾ, ਬਟ ਸਟਿਲ ਉਹ ਵਾਲਾ ਐਟੀਟਿਊਡ ਲਿਆਉਣਾ ਪਵੇਗਾ, ਉਹ ਵਾਲਾ ਮਨ ਦੀ ਜਿਹੜੀ ਸਥਿਤੀ ਹੈ ਉਹ ਲਿਆਉਣੀ ਪਵੇਗੀ ਕਿ ਹੈਲਪ ਵਿਦ ਦ ਵਰਲਡ। ਪਰ ਯੂ ਨੋ ਮੈਨੂੰ ਪਤਾ ਕਿ ਮੈਂ ਕੀ ਠੀਕ ਕੀ ਕਰ ਰਹੀ ਹਾਂ, ਕਿੰਨਾ ਕਿੰਨਾ ਮੇਰੀ ਇੰਟੈਂਸ਼ਨ ਕਿਸ ਤਰ੍ਹਾਂ ਦੀ ਹੈ ਔਰ ਮੈਂ ਆਪਣਾ ਬੈਸਟ ਕਰ ਰਹੀ ਹਾਂ। ਪਰ ਉਹੀ ਜਿਵੇਂ ਕਿ ਆਪਣੀ ਹੀ ਸਿਹਤ 'ਤੇ ਅਜ਼ਰ ਅਜ਼ਿਊਮ ਕਰਕੇ ਫਿਰ ਉਹ ਕਹਿੰਦੇ ਨਾ, ਅੱਜ ਕੱਲ੍ਹ ਖਾਸ ਤੌਰ 'ਤੇ ਪਿਛਲੇ ਦਿਨਾਂ ਜ਼ਿਆਦਾ ਮਿਲੇ ਹਾਂ ਅਤੇ ਇੰਨਾ ਜਿਵੇਂ ਕਹਿੰਦੇ ਨੇ ਕਿ ਬਾਰ ਬਾਰ ਉਸ ਤਰ੍ਹਾਂ ਦਾ ਬਿਹੇਵੀਅਰ ਦੇਖ ਕੇ ਨਾ ਮੈਂ ਅਪਸੈਟ ਹੋਈ ਹੋਈ ਹਾਂ। ਸੋ ਇਹਦਾ ਕੀ ਹੱਲ ਹੈ, ਇਹ ਪੁੱਛ ਰਹੇ ਨੇ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ ਅਰਵਿੰਦ ਜੀ। ਹਾਂਜੀ ਸੁਦਰਸ਼ਨ ਜੀ। ਹਾਂਜੀ ਐਸਾ ਹੈ, ਹਾਂਜੀ ਕਿ ਉਹ ਪਹਿਲੇ ਤੋਂ ਹੀ ਥੋੜਾ ਉਹਨਾਂ ਨੂੰ ਲੱਗਦਾ ਸੀ ਕਿ ਉਹ ਬਿਟਰ ਹੈ। ਹਾਂਜੀ ਯੂ ਰਾਈਟ, ਉਹਨਾਂ ਨੂੰ ਬਿਟਰ ਹੈ ਔਰ ਐਸਾ ਹੁੰਦਾ ਕਿ ਹੋ ਸਕਦਾ ਉਹ ਉਹਨਾਂ ਦੇ ਹਸਬੈਂਡ ਦੀ ਡੈਥ ਦੇ ਬਾਅਦ ਥੋੜੀ ਜਿਹੀ ਇਨਸਕਿਓਰ ਹੋਵੇ, ਉਹ ਫੀਲ ਕਰ ਰਹੀ ਹੋਵੇ ਦਿਸ ਇਜ਼ ਮੈਂ ਜਿਵੇਂ ਸੋਚ ਰਹੀ ਹਾਂ ਕਿ ਉਹਦੇ ਦਿਮਾਗ ਵਿੱਚ ਆ ਗਿਆ ਹੋਵੇ ਕਿ ਔਰ ਇਨਸਕਿਓਰਿਟੀ ਫੀਲ ਕਰਦੀ ਹੋਵੇ। ਔਰ ਤੀਸਰੀ ਚੀਜ਼ ਇਹ ਕਿ ਅਗਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਉਹਦਾ ਐਟੀਟਿਊਡ ਥੋੜਾ ਜਿੰਨਾ ਅੱਗੇ ਨਾਲੋਂ ਡਿਫਰੈਂਟ ਹੋ ਗਿਆ ਤੇ ਇਹ ਉਹਨਾਂ ਨੂੰ ਸਿਰਫ ਥੋੜਾ ਜਿੰਨਾ ਗੱਲ ਕਰਕੇ ਦੇਖਣ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਭੈਣ ਜੀ ਕਿ ਤੁਸੀਂ ਸ਼ਾਇਦ ਮੈਨੂੰ ਕੁਛ ਕਹਿਣਾ ਚਾਹੁੰਦੇ ਹੋ ਔਰ ਤੁਸੀਂ ਕਹਿੰਦੇ ਨਹੀਂ ਹੋ ਤੇ ਮੈਂ ਥੋੜਾ ਜਿੰਨਾ ਮਹਿਸੂਸ ਕਰਦੀ ਹਾਂ ਕਿ ਤੁਹਾਡਾ ਥੋੜਾ ਜਿੰਨਾ ਬਿਹੇਵੀਅਰ ਥੋੜਾ ਜਿੰਨਾ ਡਿਫਰੈਂਟ ਹੋ ਗਿਆ ਤੇ ਕਿਉਂ ਨਾ ਅਸੀਂ ਆਪਸ ਦੇ ਵਿੱਚ ਗੱਲਬਾਤ ਕਰ ਲਈਏ ਕਿ ਅਗਰ ਤੁਹਾਨੂੰ ਮੇਰੇ ਕੋਲੋਂ ਕੋਈ ਸ਼ਿਕਾਇਤ ਹੈ ਜਾਂ ਕੁਛ ਹੈ ਤੇ ਮੈਂ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ ਤੇ ਮੇਰੇ ਖਿਆਲ ਹੈ ਗੱਲਬਾਤ ਇਹਨਾਂ ਨੂੰ ਕਰਨੀ ਚਾਹੀਦੀ ਹੈ। ਇਹਨਾਂ ਨੂੰ ਅਗਰ ਫੀਲ ਹੁੰਦਾ ਹੈ ਕੋਈ ਵੈਬਸ ਫੀਲ ਹੁੰਦੀਆਂ ਨੇ ਤੇ ਜ਼ਰੂਰ ਹੋਏਗਾ, ਐਵੇਂ ਕਿਸੇ ਨੂੰ ਫੀਲ ਨਹੀਂ ਹੁੰਦਾ। ਚੰਗੇ ਵਾਲੇ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹਦਾ ਉਹਦਾ ਜਿਹੜਾ ਮੇਰਾ ਐਟੀਟਿਊਡ ਹੈ ਟੁਵਰਡਸ ਮੀ ਇਜ਼ ਰੋਂਗ ਤੇ ਇਹ ਉਹਨਾਂ ਨਾਲ ਗੱਲ ਕਰ ਲੈਣ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਤੇ ਤੁਸੀਂ ਕਹੋ, ਅਸੀਂ ਲੈਟਸ ਟਾਕ। ਹਾਂਜੀ ਹਾਂਜੀ ਐਂਡ ਸੁਦਰਸ਼ਨ ਜੀ, ਜਿਸ ਤਰ੍ਹਾਂ ਸੁਰਜੀਤ ਜੀ ਨੇ ਵੀ ਸ਼ੇਅਰ ਕੀਤਾ ਆਪਣੀ ਬੇਟੀ ਦਾ, ਇਹ ਵੀ ਇੱਕ ਬੜਾ ਚੈਲੰਜ ਹੈਗਾ ਸੋਸਾਇਟੀ ਦਾ ਕਿ ਜਦੋਂ ਕੋਈ ਸਪੈਸ਼ਲੀ ਯੰਗਰ ਏਜ ਵਿੱਚ ਕੋਈ ਇਕੱਲਾ ਰਹਿ ਜਾਂਦਾ ਤੇ ਉਹਨਾਂ ਨੂੰ ਸਪੈਸ਼ਲੀ ਦੂਜੇ ਕਪਲਸ ਦੇ ਵਿੱਚੋਂ ਜਨਾਨੀਆਂ ਦੀ ਸਪੋਰਟ ਘੱਟ ਜਾਂਦੀ ਹੈ, ਘੱਟ ਜਾਂਦੀ ਹੈ, ਵਿਚ ਇਜ਼ ਸੈਡ, ਵਿਚ ਇਜ਼ ਰੀਲੀ ਸੈਡ। ਹਾਂ ਇਨਸਕਿਓਰ ਹੋ ਜਾਂਦੇ ਨੇ, ਇਟਸ ਵੈਰੀ ਬੈਡ ਕਿ ਉਹਨੇ ਉਹਦਾ ਉਹ ਪਾਰਟਨਰ ਉਹਦਾ ਚੱਲਾ ਗਿਆ, ਠੀਕ ਹੈ ਇਹਦਾ ਹਸਬੈਂਡ ਚੱਲਾ ਗਿਆ ਤੇ ਇਹਦੇ 'ਚ ਇਹ ਥੋੜ੍ਹੀ ਮਤਲਬ ਹੈ ਕਿ ਉਹਦੇ ਹਸਬੈਂਡ ਨਾਲ ਉਹਦੀ ਗੱਲਬਾਤ ਨਾ ਕਰਨਾ, ਗੱਲਬਾਤ ਕਰਨਾ ਬੰਦ ਕਰ ਦੇਵੇ, ਐਸਾ ਤਾਂ ਹੋਏਗਾ ਨਹੀਂ, ਗੱਲਬਾਤ ਤਾਂ ਕਰਨੀ ਪਏਗੀ। ਔਰ ਇਹ ਆਪਣਾ ਪਿੱਛੇ ਕਿਉਂ ਹਟਿਆ, ਜੋੜਾ ਬਿਜ਼ਨਸ ਚੱਲ ਰਿਹਾ ਚੱਲਣ ਦੇਵੇ, ਬਿਲਕੁਲ ਚੱਲੋ ਉਸੇ ਤਰ੍ਹਾਂ ਜਿਸ ਤਰ੍ਹਾਂ ਚੱਲਦਾ ਪਿਆ ਚੱਲਣ ਦੇਵੇ, ਲੇਕਿਨ ਉਹਦੀ ਉਸ ਨਾ ਉਹਦੀ ਵਾਈਫ ਜਿਹੜੀ ਹੈ ਥੋੜ੍ਹੀ ਜਿਹੀ ਇਨਸਕਿਓਰ ਹੋ ਗਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ।
ਉਹ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਇਹ ਉਹਨਾਂ ਨਾਲ ਗੱਲ ਕਰ ਲੈ, ਉਹਨਾਂ ਨਾਲ ਗੱਲ ਕਰ ਲੈਣ ਕਿ ਤੁਹਾਨੂੰ ਕੀ ਮਹਿਸੂਸ ਹੁੰਦਾ, ਲੈਟਸ ਟਾਕ। ਸੋ ਐਵਰੀਬਡੀ ਸੇਇੰਗ ਥਿੰਕ ਅਬਾਊਟ ਸਮਥਿੰਗ ਐਲਸ ਆਲਸੋ। ਮੈਨੂੰ ਲੱਗ ਰਿਹਾ ਕਿ ਟਾਕ ਕਈ ਵਾਰੀ ਕਿਸੇ ਕਿਸੇ ਚੀਜ਼ ਦੇ ਵਿੱਚ ਟਾਕ, ਆਈ نو ਕਮਿਊਨੀਕੇਸ਼ਨ ਫਸਟ ਚੀਜ਼ ਹੈ, ਇਹਦੇ ਕੋਲ ਕੋਈ ਠੋਸ ਚੀਜ਼ ਨਹੀਂ ਹੈ ਗੱਲ ਕਰਨ ਦੀ, ਜਿਸ ਤਰ੍ਹਾਂ ਸੁਣਿਆ ਮੈਂ ਇਹਦੇ ਕੋਲ ਕੋਈ ਠੋਸ ਟੌਪਿਕ ਨਹੀਂ ਹੈ, ਇੱਕਦਮ ਜਾ ਕੇ ਕਿਵੇਂ ਕਹਿ ਦੇਵੇ ਜਾਨ ਕਿ ਮੈਂ ਇਸ ਗੱਲ ਤੇ, ਦੈਟਸ ਹਾਰਡ ਹਾਰਡ, ਪਰ ਕੋਈ ਨਾ ਕੋਈ ਮੌਕਾ, ਕੋਈ ਨਾ ਕੋਈ ਚੀਜ਼ ਐਸੀ ਇਹਨੂੰ ਸੋਚਣੀ ਚਾਹੀਦੀ ਹੈ, ਢੂੰਡ ਲੈਣੀ ਚਾਹੀਦੀ ਹੈ, ਇੰਨੀ ਵਾਰੀ ਮੀਟਿੰਗਸ ਹੁੰਦੀਆਂ ਹਨ, ਕੋਈ ਨਾ ਕੋਈ ਚੀਜ਼ ਤੈਨੂੰ ਲੱਭੇਗੀ, ਐਸੀ ਕੋਈ ਗੱਲ ਨਹੀਂ ਹੈ, ਉਸ ਟੌਪਿਕ ਨੂੰ ਲੈ ਕੇ ਸ਼ੁਰੂ ਕਰ ਲਵੇ ਗੱਲ, ਯਕਦਮ ਤੇ ਜਾ ਕੇ ਗੱਲ ਨਹੀਂ ਕਰ ਲੈਗੀ ਕਿ ਤੁਸੀਂ, ਹਾਂ ਕਿ ਤੁਸੀਂ ਅੱਜ ਕਰੋ, ਲੇਕਿਨ ਇਹਦੇ ਮਨ ਦੇ ਉੱਤੇ ਬੋਝ ਹੈ, ਸੋ ਦਿਸ ਇਜ਼ ਉਹਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਅੱਛਾ ਚਲੋ, ਲੈਟਸ ਸੀ, ਹੋਰ ਵੀ ਕੁਝ ਧਿਆਨ ਆਏ ਜ਼ਰੂਰ ਕਾਲ ਕਰੋ, ਕਿਉਂਕਿ ਕਈ ਚੀਜ਼ਾਂ ਮੈਨੂੰ ਉਹੀ ਲੱਗ ਰਿਹਾ ਹਮੇਸ਼ਾ ਸਾਡਾ ਰਿਹਾ ਕਿ ਕਮਿਊਨੀਕੇਸ਼ਨ ਇਜ਼ ਦ ਫਸਟ ਐਂਡ ਵੈਰੀ ਇੰਪੋਰਟੈਂਟ ਪਾਰਟ ਆਫ ਐਨੀ ਮਿਸਅੰਡਰਸਟੈਂਡਿੰਗ, ਪਰ ਕਿਸੇ ਕਿਸੇ ਜਗ੍ਹਾ 'ਤੇ ਲੱਗਦਾ ਜਿਵੇਂ ਕੋਈ ਸੇਲਪੁਣਾ ਹੀ ਨਹੀਂ ਹੈ ਓਵਰਆਲ, ਇੰਨੇ ਸਾਲਾਂ ਤੋਂ ਬਿਟਰਨੈਸ ਜਿਵੇਂ ਸੁਦਰਸ਼ਨ ਜੀ ਨੇ ਪਹਿਚਾਣਿਆ ਕਿ ਪਹਿਲੇ ਵੀ ਬਿਟਰਨੈਸ ਸੀ, ਰੂਡ ਹੈ, ਮੇ ਬੀ ਐਟੀਟਿਊਡ ਹੈ ਉਹਨਾਂ ਦੀ, ਪਰਸਨੈਲਿਟੀ ਇੰਜ ਹੈ ਕਿ ਸ਼ੀ ਇਜ਼ ਨੋਟ ਵੈਰੀ ਯੂ ਨੋ ਸਵੀਟ, ਹਾਂ ਆਪਣਾ ਤਰੀਕਾ ਹੈ ਉਹਨਾਂ ਦਾ, ਬਟ ਹੁਣ ਉਹ ਕਈ ਚੀਜ਼ਾਂ 'ਤੇ ਬੜੇ ਸਰਕਾਸਟਿਕ ਹੋ ਰਹੇ ਹਨ, ਹੋ ਸਕਦਾ ਬੜਿਆਂ ਨਾਲ ਹੁੰਦੇ ਹੋਣ, ਐਂਡ ਇਨਸਿਕਿਉਰਟੀ ਵੀ ਖਾਲੀ ਤੁਹਾਡੇ ਕਰਕੇ ਨਾ ਹੋਏ, ਕਿਸੇ ਹੋਰ ਚੀਜ਼ ਕਰਕੇ ਹੋਏ, ਮੇ ਬੀ ਦੇ ਆਪਸ ਰਿਲੇਸ਼ਨਸ਼ਿਪ ਉਹਨਾਂ ਦਾ ਕਿਸ ਤਰ੍ਹਾਂ ਦਾ ਹੈ, ਯੂ ਨੋ ਉਹ ਅੱਛਾ ਹੈ, ਬੁਰਾ ਹੈ, ਬਹੁਤ ਸੋਹਣਾ ਫਰੈਂਡਲੀ ਹੈ, ਜਾਂ ਕਦੀ ਹਸਬੈਂਡ ਨੇ ਪਹਿਲੇ ਮੌਕੇ ਦਿੱਤੇ ਹੈ ਜਿਹਦੇ ਕਰਕੇ ਉਹ ਇਨਸਿਕਿਉਰ ਨੇ, ਅਤੇ ਉਹ ਕੋਈ ਵੀ ਲੇਡੀ ਦੇ ਨਾਲ ਅਗਰ ਕੁਝ ਸੋਚਦੇ ਨੇ ਤਾਂ ਉਹਨਾਂ ਦੀ ਯੂ ਨੋ ਇੱਕ ਮੈਂਟਲ ਉਹ ਇਸ ਇੱਕ ਕਹਿੰਦੇ ਨਾ ਉਹਨਾਂ ਨੂੰ ਬੈਲ ਵੱਜ ਜਾਂਦੀ ਹੈ ਕਿ ਨਹੀਂ ਆਈ ਡੋਂਟ ਵਾਂਟ ਦੈਟ ਟੂ ਹੈਪਨ, ਸੋ ਹੂ ਨੋਜ਼, ਬਟ ਸਮਹਾਉ ਮੈਨੂੰ ਇਸ ਕੇਸ 'ਤੇ ਖਾਸ ਤੌਰ 'ਤੇ ਲੱਗ ਰਿਹਾ ਕਿ ਖਾਲੀ ਇੱਕ ਬਾਤ ਗੱਲਬਾਤ ਕਰਨੀ ਉਹਨਾਂ ਦਾ ਕਿੰਨਾ ਕਰੂਗੇ, ਸਮਟਾਈਮਸ ਇਟਸ ਵੈਰੀ ਹਾਰਡ, ਪਰ ਆਈ ਹੈਵ ਅ ਫੀਲਿੰਗ ਕਿ ਇਫ ਯੂ ਐਕਸਟੈਂਡ ਯੋਰ ਫਰੈਂਡਸ਼ਿਪ ਦਾ ਹੱਥ, ਜਿਵੇਂ ਯੂ ਕੇਅਰ ਫੋਰ ਦਾ ਪਰਸਨ, ਤੁਹਾਨੂੰ ਲੱਗਦਾ ਕਿ ਤੁਸੀਂ ਇਹਨਾਂ ਨਾਲ ਮੈਂ ਗੱਲ ਕੀਤੀ ਹੈ ਖਾਸ, ਯੂ ਨੋ ਤੋ ਬੜੇ ਐਲੀਵੇਟਿਡ ਲੱਗੇ ਕਿ ਮੈਂ ਬੜੀ ਯੂ ਨੋ ਕੌਨਸ਼ੀਅਸਨੈਸ ਕਾਫੀ ਇਹਨਾਂ ਦੀ ਐਲੀਵੇਟਿਡ ਲੱਗੀ ਹੈ, ਅਵੇਅਰ ਨੇ ਆਪਣੀਆਂ ਕਮੀਆਂ ਦੀ, ਆਪਣੀਆਂ ਸਟਰੈਂਥਸ ਦੇ, ਹਰ ਬੰਦਾ ਨਹੀਂ ਹੁੰਦਾ ਕਿ ਮੇਰੇ 'ਚ ਇਹ ਕਮੀ ਹੈ, ਮੇਰੇ 'ਚ ਇਹ ਚੰਗੀ ਗੱਲ ਹੈ, ਉਸ ਚੀਜ਼ਾਂ ਦੇ ਅਵੇਅਰ ਹੋਣ ਦੇ ਉੱਤੇ ਹੋ ਸਕਦਾ ਦੂਸਰਾ ਬੰਦਾ ਨਾ ਹੋਏ, ਅਤੇ ਉਹਦੇ ਨਾਲ ਸਿਰਫ ਤੁਸੀਂ ਅਗਰ ਸਹਾਨੁਭੂਤੀ ਅਤੇ ਪਿਆਰ ਦਾ ਯੂ ਨੋ ਇੱਕ ਤਰ੍ਹਾਂ ਨਾਲ ਇੱਧਰੋਂ ਐਨਰਜੀ ਜਾਏ, ਅਤੇ ਮੈਨੂੰ ਫੀਲਿੰਗ ਹੈ ਕਿ ਉਹ ਦੈਟ ਹੈਲਪਸ ਟੂ, ਕਿਉਂਕਿ ਹੋ ਸਕਦਾ ਉਹ ਇਨਸਿਕਿਓਰ ਕਿਸੇ ਹੋਰ ਚੀਜ਼ਾਂ ਕਰਕੇ ਹੋਏ, ਇਟਸ ਸੋ ਗੁੱਡ ਕਿ ਇਹ ਇਨਸਿਕਿਓਰ ਨਹੀਂ ਨੇ, ਇਹ ਹਸਬੈਂਡ ਦੇ ਹੁੰਦਿਆਂ ਵੀ ਪੂਰੀ ਤਰ੍ਹਾਂ ਕੰਮ ਕਰ ਰਹੇ ਸੀ, ਹਸਬੈਂਡ ਤੋਂ ਜਾਣ ਤੋਂ ਬਾਅਦ ਵੀ ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਸੰਭਾਲ ਰਿਹਾ ਹੈ, ਸੋ ਸ਼ੀ ਇਜ਼ ਕੁਆਇਟ ਕੌਨਫੀਡੈਂਟ ਇਨ ਹਰਸੈਲਫ, ਸੋ ਸ਼ੀ ਇਟ ਮਾਈਟ ਹੈਲਪ ਅਗਰ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸਪੋਰਟ ਕਰਨ ਦੀ ਫੀਲਿੰਗ ਕਰਦੇ ਹਾਂ ਕਿ ਹਾਏ ਆਈ ਐਮ ਸੋਰੀ ਕਿ ਇਹ ਇਸ ਤਰ੍ਹਾਂ ਫੀਲ ਕਰ ਰਹੀ ਹੈ, ਮੇਰੇ ਨਾਲ ਹੀ ਨਹੀਂ ਸ਼ਾਇਦ ਬੜੀਆਂ ਜਨਾਨੀਆਂ ਨਾਲ ਕਰਦੀ ਹੋਏ, ਸੋ ਇਫ ਯੂ ਸਪੋਰਟ ਉਸ ਤਰ੍ਹਾਂ ਦਾ ਐਟੀਟਿਊਡ, ਥਿੰਕ ਅਬਾਊਟ ਇਟ, ਮੈਨੂੰ ਜ਼ਰੂਰ ਕਾਲ ਕਰੋ ਅਗਰ ਤੁਹਾਨੂੰ ਇਹ ਚੀਜ਼ ਠੀਕ ਲੱਗ ਰਹੀ ਹੈ। ਮੈਂ ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਜੈਲਸੀ, ਆਈ ਨੋ ਇਸ ਤਰ੍ਹਾਂ ਦੀ ਚੀਜ਼ ਹੈ, ਕਹਿੰਦੇ ਨੇ ਕਿ ਇਰੋਡ ਕਰ ਦਿੰਦੀ ਹੈ ਬੰਦੇ ਨੂੰ ਵੀ ਨਾ, ਅੰਦਰੋਂ ਖੋਖਲਾ ਕਰ ਦਿੰਦੀ ਹੈ, ਬਿਮਾਰੀਆਂ ਲੱਗ ਜਾਂਦੀਆਂ ਨੇ, ਬਟ ਇਟ ਇਜ਼ ਅ ਫੀਲਿੰਗ, ਇਟਸ ਅ ਵੈਰੀ ਸਟਰੋਂਗ ਫੀਲਿੰਗ ਆਲਸੋ ਕਿ ਯੂ ਨੋ ਇਟ ਹਰਟਸ, ਜੇ ਇਹਨਾਂ ਨੂੰ ਵਾਕਈ ਅਗਰ ਇਹ ਠੀਕ ਕਹਿ ਰਹੇ ਨੇ, ਇਹਨਾਂ ਦੀ ਅਸੰਪਸ਼ਨ ਹੈ ਪਹਿਲੇ ਤਾਂ ਮੈਂ ਕਹਾਂਗੀ, ਬਟ ਜੋ ਵੀ ਜੈਲਸ ਫੀਲ ਕਰਦਾ ਨਾ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਹਰਟ ਕਰ ਰਿਹਾ ਹੁੰਦਾ, ਇਟਸ ਅ ਵੈਰੀ ਨੈਗੇਟਿਵ ਫੀਲਿੰਗ, ਬਟ ਉਹਦੇ 'ਚੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ, ਜਾਂ ਅਗਰ ਤੁਹਾਨੂੰ ਸਾਹਮਣੇ ਵਾਲਾ ਕੋਈ ਬਹੁਤ ਜੈਲਸ ਹੈ, ਦੈਨ ਅਗੇਨ ਇਟ ਹਰਟਸ, ਪਰ ਉਹਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਮਾਸਕ ਕਰਨਾ, ਆਪਣੇ ਆਪ ਨੂੰ ਬਚਾਉਣਾ, ਕਿਉਂਕਿ ਦੂਜਾ ਬੰਦਾ ਤਾਂ ਕੁਛ ਸੋਚ, ਅਸੀਂ ਅਕਸਰ ਕਹਿੰਦੇ ਹਾਂ ਯੂ ਕਾਂਟ ਚੇਂਜ ਦਾ ਅਦਰ ਪਰਸਨ, ਬਟ ਸਟਿਲ ਲੋਟ ਆਫ ਲਵ, ਅਗਰ ਸਪੋਰਟ ਵੱਲ ਉਹਨੂੰ ਥੋੜ੍ਹਾ ਦੇਖੀਏ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਅਗਰ ਅਸੀਂ ਉਹਦੇ ਵੱਲ ਦੇਖੀਏ ਕਿ ਵਾਈ ਵਾਈ ਸ਼ੀ ਇਜ਼ ਡੂਇੰਗ ਦਿਸ, ਯੂ ਨੋ ਸ਼ੀ ਇਜ਼ ਬਿਟਰ ਫਰੋਮ ਇਨਸਾਈਡ, ਜਿਵੇਂ ਸੁਦਰਸ਼ਨ ਜੀ ਨੇ ਕਿਹਾ, ਅਤੇ ਬਿਟਰਨੈਸ ਕਿਉਂ ਹੈ, ਤੁਸੀਂ ਸਿੰਪਥਾਈਜ਼ ਅਗਰ ਕਰਦੇ ਹੋ ਉਹਨਾਂ ਨਾਲ ਰਾਦਰ ਦੈਨ ਬੀਂਗ ਮੈਡ ਐਟ ਹਰ, ਅਤੇ ਹੋ ਸਕਦਾ ਉਹ ਐਨਰਜੀ ਉਹਨਾਂ ਨੂੰ ਪਹੁੰਚੇਗੀ ਜਦੋਂ, ਅਤੇ ਸਪੋਰਟ ਫੀਲ ਹੋਏਗੀ ਐਂਡ ਉਹਦੇ ਨਾਲ ਮੈਲਟ ਅਵੇ ਹੋ ਜਾਏ, ਇਹ ਜਿਹੜਾ ਡਿਫਰੈਂਸ ਹੈ ਮੈਨੂੰ ਲੱਗਦਾ, ਬਟ ਜ਼ਰੂਰ ਦੱਸੋ ਤੁਸੀਂ ਇਹਦੇ ਬਾਰੇ ਕੀ ਸੋਚ ਰਹੇ ਹੋ। ਬਿਫੋਰ ਆਈ ਟੇਕ ਮੋਰ ਕਾਲਸ, ਪਲੀਜ਼ ਡੂ ਕਾਲ, ਕੱਲ੍ਹ ਖਾਸ ਤੌਰ 'ਤੇ ਇੱਕ ਬੜਾ ਇੰਟਰਸਟਿੰਗ ਗੈਸਟ ਹੈਗੇ ਹੈ, ਬਹੁਤ ਮਸ਼ਹੂਰ ਨਿਊਯਾਰਕ ਬੇਸਡ ਆਰਟਿਸਟ ਅਤੇ ਫੈਸ਼ਨ ਡਿਜ਼ਾਈਨਰ ਰਜਨੀਸ਼ ਮਲਹੋਤਰਾ,
ਸੋ ਉਹ ਇੱਥੇ ਆ ਕੇ ਆਪਣਾ ਇਨ ਅ ਵੇ ਪੂਰਾ ਫੈਸ਼ਨ ਤੁਹਾਨੂੰ ਯੂ ਨੋ ਟਿਪਸ ਦੇਣਗੇ, ਤੁਸੀਂ ਲਾਈਵ ਕਾਲ ਉਹ ਲਾਈਵ ਕਾਲਸ ਵੀ ਲੈਣਗੇ ਅਤੇ ਅਸੀਂ ਉਹਨਾਂ ਨਾਲ ਖੂਬ ਗੱਲਾਂ ਕਰਾਂਗੇ ਐਂਡ ਉਹਨਾਂ ਦੀਆਂ ਮੈਂ ਖੁਦ ਜਿਹੜਾ ਉਹਨਾਂ ਦਾ ਵਰਕ ਦੇਖਿਆ ਇਟਸ ਜਸਟ ਬਿਊਟੀਫੁਲ, ਬਹੁਤ ਹੀ ਸੋਹਣਾ ਯੂ ਨੋ, ਕੋਈ ਇੰਨਾ ਯੂਨੀਕ ਔਰ ਇੰਨਾ ਐਲੀਗੈਂਟ ਕੰਮ ਹੈਗਾ ਉਹਨਾਂ ਦਾ ਹੈਂਡਵਰਕ ਵੀ ਔਰ ਜਿਸ ਤਰ੍ਹਾਂ ਉਹਨਾਂ ਦੀ ਫਿਟਿੰਗਸ ਕੱਪੜਿਆਂ ਦੀ ਕਿ ਇਟ ਫੀਲ ਸੋ ਗੁੱਡ, ਪਰ ਇਟਸ ਨੋਟ ਇਨ ਯੂਰ ਫੇਸ ਯੂ ਨੋ, ਜਿਵੇਂ ਕਹਿੰਦੇ ਹਾਂ ਕਿ ਬਹੁਤ ਚਮਕੀ ਸ਼ਮਕੀ ਹੈ ਔਰ ਕੰਮ ਬਿਲਕੁਲ ਇੰਝ ਲੱਗ ਰਿਹਾ ਬਹੁਤ ਜ਼ਿਆਦਾ, ਉਸ ਤਰ੍ਹਾਂ ਨਹੀਂ, ਬਟ ਇਟਸ ਵੈਰੀ ਬਿਊਟੀਫੁਲ, ਸੋ ਡੂ ਨੋਟ ਮਿਸ, ਕੱਲ੍ਹ ਬਹੁਤ ਸਪੈਸ਼ਲ ਐਪੀਸੋਡ ਹੈ। ਸੋ ਕਮਿੰਗ ਬੈਕ ਟੂ ਟੂਡੇ, ਕਿ ਤੁਸੀਂ ਕੀ ਕਹਿੰਦੇ ਹੋ, ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਇਹਨਾਂ ਨਾਲ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਹਰਮਿੰਦਰ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ, ਦੱਸੋ ਕੀ ਕਹਿੰਦੇ ਹੋ? ਮੈਂ ਕਹਿ ਰਹੀ ਹਾਂ, ਆਈ ਨੋ ਸ਼ੀ ਇਜ਼ ਇਨਸਿਕਿਓਰ, ਦੋਨੋਂ ਇਨਸਿਕਿਓਰ ਨੇ। ਅੱਛਾ, ਪਰ ਮੈਂ ਇਹ ਨਹੀਂ ਚਾਹੁੰਦੀ ਕਿ ਉਹ ਇੱਕਦਮ ਗੱਲ ਕਰੇ ਉਹਨਾਂ ਨਾਲ, ਉਹ ਆਪਣੇ ਥਰੂ ਬਿਹੇਵੀਅਰ, ਥਰੂ ਐਕਸ਼ਨ ਸ਼ੋ ਕਰੇ ਦੈਟ ਵੀ ਆਰ ਏ ਪਾਰਟ ਆਫ ਏ ਫੈਮਿਲੀ, ਉਹਨਾਂ ਇੱਕ ਦੂਜੇ ਨੂੰ ਇਨਵਾਈਟ ਕਰਨ, ਇੱਕ ਦੂਜੇ ਨਾਲ ਪੂਰੀ ਫੈਮਿਲੀ ਟਾਈਮ ਸਪੈਂਡ ਕਰਨ, ਉਹ ਫੀਲ ਕਰੇ ਕਿ ਯੈਸ ਵੀ ਆਰ ਏ ਪਾਰਟ ਆਫ ਫੈਮਿਲੀ, ਵੀ ਆਰ ਗੋਇੰਗ ਟੂਗੈਦਰ, ਅਸੀਂ ਇੱਕੋ ਰਸਤੇ ਤੇ ਚੱਲਣਾ ਹੈਗਾ। ਆਈ ਥਿੰਕ ਸ਼ੀ ਵਿਲ ਅੰਡਰਸਟੈਂਡ, ਕਿਉਂਕਿ ਮੋਸਟਲੀ ਇਨਸਿਕਿਉਰਿਟੀ ਜਨਾਨੀਆਂ ਚ ਆ ਜਾਂਦੀ ਹੈ, ਜਦਕਿ ਉਹਦੇ ਹਸਬੈਂਡ ਦਾ ਡੈਥ ਹੋ ਗਈ ਹੈ ਤੇ ਉਹ ਸੋਚੇ ਮੇਬੀ ਆਈ ਐਮ ਨੋਟ ਸ਼ੋਰ ਕਿ ਉਹਦੇ ਮਨ ਚ ਇਹ ਫੀਲਿੰਗ ਹੋਵੇ ਕਿ ਮੇਰੇ ਹਸਬੈਂਡ ਨਾਲ ਅਟੈਚ ਨਾ ਹੋ ਜਾਏ, ਥਰੂ ਆਪਣੇ ਬਿਹੇਵੀਅਰ ਤੋਂ ਸ਼ੋ ਕਰੇ ਕਿ ਵੀ ਆਰ ਏ ਬਿਜ਼ਨਸ ਪਾਰਟਨਰ, ਵੀ ਆਰ ਏ ਪਾਰਟ ਆਫ ਫੈਮਿਲੀ, ਅਸੀਂ ਇਕੱਠੇ ਤੁਰਨਾ। ਆਈ ਥਿੰਕ ਸ਼ੀ ਵਿਲ ਅੰਡਰਸਟੈਂਡ, ਕਿਉਂਕਿ ਕਈ ਵਾਰੀ ਤੁਹਾਡੇ ਵਰਡ ਨਾਲੋਂ ਬਿਹੇਵੀਅਰ, ਤੁਹਾਡੇ ਐਕਸ਼ਨ ਜ਼ਿਆਦਾ ਕੰਮ ਕਰ ਜਾਂਦੇ। ਬਿਲਕੁਲ ਬਿਲਕੁਲ, ਆਈ ਐਗਰੀ, ਯਾ ਬਿਲਕੁਲ, ਕਈ ਵਾਰੀ ਉਹੀ ਵਰਡਸ ਨਾਲੋਂ, ਇਫ ਯੂ ਫੀਲ ਯੂ ਨੋ ਇੱਕ ਦੂਜੇ ਦੀ ਸਪੋਰਟ ਕਰਨ ਦੀ ਦਿਮਾਗ 'ਚ ਆਏ ਤੇ ਯੂ ਕੈਨ, ਐਂਡ ਯੂ ਆਰ ਰਾਈਟ, ਥੋੜ੍ਹੀ ਜਿਹੀ ਇਨਸਿਕਿਉਰਿਟੀ ਹੋ ਸਕਦਾ ਹੈ ਨਾ, ਇਹ ਸਟ੍ਰੈਸ ਲੈ ਰਹੇ ਹਾਂ ਕਿ ਅਗਰ ਇਹ ਚੀਜ਼ ਨਹੀਂ ਵਧੇਗੀ ਤੇ ਫਿਰ ਸਾਨੂੰ ਵੱਖਰਾ ਕਰਨਾ ਪਏਗਾ, ਫਿਰ ਮੈਂ ਮੈਨੇਜ ਕਿਵੇਂ ਕਰਾਂਗੀ ਬਿਜ਼ਨਸ? ਨਹੀਂ, ਫਿਰ ਪਤਾ ਜੇ ਆਪਸ ਕਮਿਊਨੀਕੇਟ ਕਰਨਗੇ ਫਿਰ ਥੋੜੀ ਬਿਟਰਨੈਸ ਜ਼ਿਆਦਾ ਆ ਜਾਏਗੀ। ਹਾਂ, ਫ੍ਰੈਂਡਲੀ ਐਟੀਟਿਊਡ ਜ਼ਿਆਦਾ ਵਧਾਣ ਉਹਦੇ ਨਾਲ, ਉਹਦੇ ਨਾਲ ਮਿਲ ਕੇ ਮੂਵੀ ਦੇਖਣ ਜਾਣ, ਉਹਦੇ ਨਾਲ ਐਜ਼ ਅ ਫ੍ਰੈਂਡਲੀ ਐਟੀਟਿਊਡ ਜ਼ਿਆਦਾ ਕਰਨ, ਫੈਮਿਲੀ ਇਕੱਠੀਆਂ ਬੈਠ ਕੇ ਖਾਣਾ ਖਾਣ, ਪਿਕਨਿਕ ਤੇ ਜਾਣ, ਥੋੜਾ ਜਿਹਾ ਉਹਦੀ ਇਨਸਿਕਿਉਰਿਟੀ ਨਿਕਲ ਜਾਏਗੀ ਤੇ ਇਹਨੂੰ ਥੋੜਾ ਹੋਰ ਕੰਫੀਡੈਂਟ ਹੋਣਾ ਚਾਹੀਦਾ। ਆਈ ਥਿੰਕ ਸ਼ੀ ਇਜ਼ ਕੰਫੀਡੈਂਟ, ਪਰ ਥੋੜਾ ਹੋਰ ਕੰਫੀਡੈਂਸ ਵਧਾਉਣਾ ਚਾਹੀਦਾ, ਕਿਉਂਕਿ ਇਹੋ ਜਿਹੀਆਂ ਗੱਲਾਂ ਇਗਨੋਰ ਕਰੀ ਦੀਆਂ ਹੁੰਦੀਆਂ ਨੇ। ਆਈ ਥਿੰਕ ਥਰੂ ਐਕਸ਼ਨ ਸ਼ੀ ਸ਼ੁਡ ਸ਼ੋ ਹਰ, ਨਾਟ ਥਰੂ ਵਰਡਸ, ਮੇਰੀ ਫੀਲਿੰਗ ਇਹੀ ਹੈਗੀ ਹੈ। ਕਈ ਵਾਰੀ ਬੋਲ ਕੇ ਗੱਲ ਜਿਹੜੀ ਹੈ ਫਿਰ ਵੱਧ ਜਾਂਦੀ ਹੈ, ਐਵੇਂ ਵੱਧ ਜਾਂਦੀ ਹੈ ਕਈ ਵਾਰੀ। ਰਾਈਟ, ਥਰੂ ਐਕਸ਼ਨ ਸ਼ੋ ਕਰੇ, ਸ਼ੀ ਸ਼ੁਡ ਸ਼ੋ ਹਰ ਕਿ ਦੈਟ ਵੀ ਆਰ ਏ ਪਾਰਟ ਆਫ ਏ ਫੈਮਿਲੀ, ਸੋ ਫ੍ਰੈਂਡਲੀ ਐਟੀਟਿਊਡ ਜ਼ਿਆਦਾ ਕਰੇ ਉਹਦੇ ਨਾਲ। ਬਹੁਤ ਵਧੀਆ ਹਰਮਿੰਦਰ ਜੀ, ਸੋਚ ਹੈ, ਮੈਂ ਤੇ ਹੀ ਸੋਚਾਂਗੀ ਇਕਦਮ ਵਰਡਸ ਨਾ ਯੂਜ਼ ਕਰੇ, ਪ੍ਰਾਇਮਰੀ ਵਰਡ ਯੂਜ਼ ਕਰਕੇ ਮੁਸੀਬਤ ਪੈ ਜਾਂਦੀ ਹੈ। ਨੋ, ਦੈਟਸ ਟਰੂ, ਗੱਲ ਵੱਧ ਜਾਂਦੀ ਹੈ, ਇੰਨਾ ਕਲੋਜ਼ਨੈਸ ਤੇ ਹੈ ਨਹੀਂ ਹੈ ਹਲੇ। ਸੋ ਰਾਦਰ ਦੈਨ ਯੂ ਰਾਈਟ ਕਿ ਇਕੱਠੇ ਹੋਣ, ਮੈਨੂੰ ਤਾਂ ਲੱਗਦਾ ਈਵਨ ਇਕੱਠੇ ਕਦੀ ਹੋਏ ਤਾਂ ਓਕੇ, ਯੂ ਨੋ, ਅਗਰ ਉਹ ਬਿਲਕੁਲ ਹਾਊਸ ਵਾਈਫ ਹੈ, ਕਿਤੇ ਗਈ ਨਹੀਂ ਕਦੀ, ਤਾਂ ਓਕੇ ਮੈਂ ਤੁਹਾਨੂੰ ਲੈ ਜਾਂਗੀ, ਜਾਂ ਯੂ ਨੋ ਖਾਲੀ ਉਹ ਵੀ ਜਾ ਸਕਦੇ ਆ ਅਗਰ ਐਕਸਟੈਂਡ ਕਰਨ, ਉਹ ਐਕਸੈਪਟ ਕਰੇ ਜਾਂ ਨਾ ਕਰੇ। ਹਾਂ, ਮੂਵੀ ਜਾ ਸਕਦੀਆਂ ਨੇ, ਐਂਡ ਦੇ ਕੈਨ ਟਾਕ, ਸੋ ਗੱਲਾਂ ਨਾਲ ਫ੍ਰੀਲੀ, ਮਤਲਬ ਨੇਚਰ ਦਾ ਪਤਾ ਲੱਗਦਾ ਹੈ, ਦੈਨ ਵੀ ਕੈਨ ਕਨਵਿੰਸ ਹੋ ਸਕਦੀ ਹੈ ਬਈ ਨਹੀਂ, ਦੇ ਆਰ ਦਾ ਬਿਜ਼ਨਸ ਪਾਰਟਨਰ, ਸਾਡੀ ਫੈਮਿਲੀ ਹੈ, ਅਸੀਂ ਇਕੱਠੇ ਮਿਲ ਕੇ ਤੁਰਨਾ, ਇਕੱਠੇ ਹੋ ਕੇ ਰਹਿਣਾ। ਸੋ ਐਕਸ਼ਨ ਤੋਂ ਸ਼ੋ ਕਰੇ ਉਹਨਾਂ ਨੂੰ, ਵਰਡਸ ਬਾਅਦ ਵਰਡਸ ਨਾ ਯੂਜ਼ ਕਰੇ, ਜੇ ਨਹੀਂ ਸਮਝਿਆ ਕਿ ਫਿਰ ਬਾਅਦ ਦੀਆਂ ਗੱਲਾਂ ਨੇ, ਫਿਰ ਵਰਡਸ ਯੂਜ਼ ਕਰੇ, ਔਰ ਪਹਿਲੇ ਥਰੂ ਐਕਸ਼ਨ ਸ਼ੋ ਕਰੇ ਉਹਨਾਂ ਨੂੰ ਕਿ ਆਈ ਵੀ ਆਰ ਟੂਗੈਦਰ, ਵੀ ਆਰ ਏ ਫੈਮਿਲੀ, ਵੀ ਆਰ ਏ ਪਾਰਟ ਆਫ ਫੈਮਿਲੀ, ਇਕੱਠੇ ਬੱਚਿਆਂ ਨਾਲ ਸਾਰੇ ਬੈਠ ਕੇ ਟਾਈਮ ਸਪੈਂਡ ਕਰਨ। ਥੈਂਕ ਯੂ ਸੋ ਮਚ ਹਰਮਿੰਦਰ ਜੀ, ਰੀਅਲੀ ਐਪਰੀਸ਼ੀਏਟ, ਬਟ ਦਿਸ ਇਜ਼ ਅ ਗ੍ਰੇਟ ਪੁਆਇੰਟ ਟੂ, ਕਿ ਇਹ ਜਿਹੜੀ ਇਹਨਾਂ ਦੇ ਵਿੱਚ ਵੀ ਨਾਟ ਇਨਸਿਕਿਉਰਿਟੀ ਔਰ ਵਟ ਐਵਰ ਯੂ ਮੇ ਕਾਲ ਇਟ, ਕਿਉਂਕਿ ਵਰਡਸ ਦੀ ਬੜੀ ਕੋਨੋਟੇਸ਼ਨ ਹੈ, ਸੋਰੀ, ਕੀ ਅਸੀਂ ਸਮਝਦੇ ਹਾਂ ਉਹਨਾਂ ਤੋਂ, ਬਟ ਇਹਨਾਂ ਦਾ ਸਟ੍ਰੈਸ ਜ਼ਰੂਰ ਹੈ। ਗੱਲ ਤੋਂ ਇੰਨਾ ਜ਼ਰੂਰ ਲੱਗੇ ਕਿ ਸਟ੍ਰੈਸ ਜ਼ਰੂਰ ਹੈ ਕਿ ਹਾਏ ਅਗਰ ਇੰਝ ਹੋ ਰਿਹਾ ਲੇਟਰ ਕੀ ਹੋਏਗਾ, ਯੂ ਨੋ, ਅਗਰ ਮੈਨੂੰ ਆਪਣਾ ਆਪ ਕਰਨਾ ਪਿਆ ਉਹ ਪਾਰਟ ਵੀ ਜਿਹੜੇ ਪਾਰਟਨਰ ਕਰ ਰਹੇ ਹੈ, ਤਾਂ ਫਿਰ ਮੁਸ਼ਕਿਲ ਹੋ ਜਾਏਗੀ। ਦੈਟ ਸਟ੍ਰੈਸ ਰੀਅਲੀ ਇਜ਼, ਆਈ ਕੈਨ ਸੀ ਦੈਟ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਇੱਕ ਸ਼ੇਅਰ ਕਰਾਂ, ਫੇਸਬੁੱਕ ਪੇਜ ਦੇ ਉੱਤੇ ਪਰਸਨਲ ਮੈਸੇਜ ਇੱਕ ਆਇਆ ਜਿਹੜੇ ਕਹਿ ਰਹੇ ਨੇ, ਕਹਿੰਦੇ ਨੇ ਮੈਂ ਖੁਦ ਬੜੀ ਜੈਲਸ ਹੋ ਜਾਂਦੀ ਹਾਂ,
ਪਲੀਜ਼ ਮੈਨੂੰ ਦੱਸੋ ਕਿ ਮੈਂ ਆਪਣੀ ਫੀਲਿੰਗਸ ਨਾਲ ਕਿਵੇਂ ਡੀਲ ਕਰਾਂ, ਕਿ ਮੈਨੂੰ ਵਾਕਈ ਜੈਲਸੀ ਬਹੁਤ ਹੋ ਜਾਂਦੀ ਹੈ, ਮੈਨੂੰ ਨਹੀਂ ਪਤਾ ਲੱਗਦਾ, ਫਿਰ ਮੈਂ ਬੋਲ ਵੀ ਜਾਂਦੀ ਹਾਂ, ਕਹਿ ਵੀ ਜਾਂਦੀ ਹਾਂ, ਫਿਰ ਬਾਅਦ 'ਚ ਮੈਨੂੰ ਲੱਗਦਾ ਕਿ ਵਾਟ ਡਿਡ ਆਈ ਡੂ। ਸੋ ਬੜੀ ਵਾਰੀ ਲੜਾਈ ਇਸ ਗੱਲ 'ਤੇ ਹੋ ਜਾਂਦੀ ਹੈ, ਹੁਣ ਰਿਲੇਸ਼ਨਸ਼ਿਪ ਇੰਝ ਹੋ ਗਿਆ ਕਿ ਥੋੜ੍ਹਾ ਡਰ ਲੱਗਿਆ ਰਹਿੰਦਾ ਹੈ, ਮੇਰੇ ਹਸਬੈਂਡ ਨੂੰ ਇੰਝ ਲੱਗਦਾ ਕਿ ਉਹ ਕੁਛ ਕਵਾਂ ਨਾ ਕਵਾਂ, ਸੋ ਉਹ ਵੀ ਨਹੀਂ ਮੈਂ ਜਾਂਦੀ। ਦਿਸ ਇਜ਼ ਥੈਂਕ ਯੂ ਸੋ ਮੱਚ ਫੋਰ ਸ਼ੇਅਰਿੰਗ ਦਿਸ, ਬਟ ਉਹੀ ਜ਼ਰੂਰ ਬਾਕੀ ਤੁਸੀਂ ਸਾਰੇ ਕਾਲ ਕਰ ਸਕਦੇ ਹੋ ਕਿ ਜਿਹੜਾ ਖੁਦ ਪੁੱਛ ਰਿਹਾ ਕਿ ਮੈਨੂੰ ਜੈਲਸੀ ਹੋ ਜਾਂਦੀ ਹੈ, ਉਹਨੂੰ ਕੀ ਕਹੋਗੇ। ਸੋ ਆਈ ਨੋ ਇਟਸ ਐਨ ਇਮੋਸ਼ਨ ਐਂਡ ਯੂ ਨੋ ਹੋ ਸਕਦੀ ਹੈ ਇੰਨੀ ਜਿਹੀ ਮੈਸੇਜ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਐਸਾ ਕਿਉਂ ਹੈ। ਜਿਸ ਤਰ੍ਹਾਂ ਅਸੀਂ ਪਹਿਲੇ ਕਿਹਾ ਕਿ ਕਈ ਵਾਰੀ ਪੁਰਾਣੇ ਵੂਨਸ ਹੁੰਦੇ ਆ, ਪੁਰਾਣੇ ਕੋਈ ਮੌਕਾ ਮਿਲਿਆ ਹੁੰਦਾ, ਯੂ ਨੋ, ਜਾਂ ਫਿਰ ਤੁਹਾਡੀ ਪਹਿਲੇ ਹੀ ਫਿਤਰਤ ਹੈ, ਤੁਹਾਡੀ ਪਰਸਨੈਲਿਟੀ 'ਚ ਹੈ ਕਿ ਤੁਸੀਂ ਹਰ ਵਾਰੀ ਸੋਚਦੇ ਹੋ, ਕਰਦੇ ਹੋ, ਫਿਰ ਤੁਸੀਂ ਬਹੁਤ ਜ਼ਿਆਦਾ ਪੁੱਛਦੇ ਹੋ ਅਤੇ ਉਹ ਸਹੀ ਗੱਲ ਦੱਸਦੇ ਨਹੀਂ, ਅਤੇ ਉਹਦੇ 'ਚ ਪਹਿਲੇ ਹੀ ਇੱਕ ਡਿਫਰੈਂਸ ਆ ਜਾਂਦਾ ਹੈ ਕਮਿਊਨੀਕੇਸ਼ਨ ਦਾ, ਬਿਕੋਜ਼ ਹੀ ਇਜ਼ ਆਲਰੇਡੀ ਹਾਈਡਿੰਗ, ਇਸ ਸੋਚ ਨਾਲ ਕਿ ਉਹ ਜੇ ਸਹੀ ਦੱਸ ਦਾਂਗਾ ਤਾਂ ਜ਼ਿਆਦਾ ਸਵਾਲਾਂ ਦਾ ਜਵਾਬ ਦੇਣਾ ਪਏਗਾ। ਸੋ ਇੱਥੇ ਕੀ ਕੇਸ ਹੈਗਾ ਮੈਨੂੰ ਪਤਾ ਨਹੀਂ, ਮੈਸੇਜ ਦੇ ਵਿੱਚ ਉਹਨਾਂ ਨੇ ਲਿਖਿਆ ਛੋਟਾ ਜਿਹਾ ਮੈਸੇਜ ਹੈ ਕਿ ਮੇਰੀ ਖੁਦ ਜੈਲਸੀ ਦੀ ਪ੍ਰੋਬਲਮ ਹੈ, ਮੈਂ ਜੈਲਸ ਹੋ ਜਾਂਦੀ ਹਾਂ, ਦੱਸੋ ਕਿਵੇਂ ਡੀਲ ਕਰਨਾ। ਸੋ ਜ਼ਰੂਰ ਕਾਲ ਕਰ ਸਕਦੇ ਹੋ ਇਹਨਾਂ ਨੂੰ, ਕੀ ਕਹੋਗੇ, ਲੈਟਸ ਸੀ ਕੀ ਕਹਿ ਰਹੇ ਨੇ ਹੋਰ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਅਸੀਂ ਅਮਰੀਕਾ ਤੋਂ ਬਾਤ, ਸੌਰੀ USA ਕੈਲੀਫੋਰਨੀਆ ਤੋਂ ਬੋਲਦੇ ਜੀ। ਸਵਾਗਤ ਹੈ, ਦੱਸੋ। ਹਾਂਜੀ, ਮੈਂ ਇਹਨਾਂ ਨੂੰ ਇਹ ਜਾਣਨਾ ਚਾਹੁੰਦੀ ਸੀ ਵੀ ਜਿਹੜੀ ਲੇਡੀ ਨੇ ਕਾਲ ਕੀਤੀ ਹੈ, ਹਾਂਜੀ, ਉਹਨਾਂ ਦੀ ਬੇਟੀ ਜਾਂ ਦੂਸਰੇ ਪਾਰਟਨਰ ਦੇ ਬੱਚੇ ਵੱਡੇ ਆ ਤਾਂ ਖੁੱਲ ਕੇ ਬੱਚੇ ਓਪਨ ਗੱਲ ਕਰ ਸਕਦੇ, ਜਾਂ ਫਿਰ ਉਹ ਪਾਰਟਨਰ ਜਿਹੜਾ ਮੈਨ ਹੈ ਉਹਦੇ ਨਾਲ ਉਹਨਾਂ ਦੀ ਵੱਡੀ ਬੇਟੀ ਗੱਲ ਕਰ ਸਕੇ ਵੀ ਆਂਟੀ ਤੇ ਮੰਮਾ ਦੇ ਵਿੱਚ ਐਂ ਕਰਕੇ ਥੋੜਾ ਜਿਹਾ ਮੈਨੂੰ ਦੱਸ ਰਿਹਾ ਵੀ ਇਹਦਾ ਆਪਾਂ ਕੋਈ ਹੱਲ ਲੱਭੀਏ। ਓਕੇ, ਜਾਂ ਫਿਰ ਇਹਨਾਂ ਦੇ ਕੋਈ ਓਪਨ ਜਿਹੜੇ ਦੋਨਾਂ ਪਾਸਿਆਂ ਨੂੰ ਜਾਣਦੇ ਹਨ ਉਹ ਗੱਲ ਕਰਕੇ ਦੇਖ ਲੈਣ ਵੀ ਉਹ ਜਿਹੜੀ ਦੂਸਰੀ ਮਤਲਬ ਜੈਲਸ ਕਰਦੀ ਆ ਜਾਂ ਵੀ ਉਹਨਾਂ ਦਾ ਬਿਹੇਵੀਅਰ ਰੂਡ ਹੈ ਵੀ ਤੂੰ ਕਾਹਤੋਂ ਕਰ ਰਹੀ ਆ, ਵੀ ਕਾਹਤੋਂ ਤੂੰ ਐਂ ਕਰ ਰਹੀ ਆ, ਜਿਹੜੇ ਕਿ ਦੋਨਾਂ ਧਿਰਾਂ ਨੂੰ ਜਾਣਦੇ ਹੋਣ। ਠੀਕ ਹੈ, ਠੀਕ ਹੈ, ਵੀ ਹੋ ਸਕਦਾ ਵੀ ਜੇ ਸਿੱਧੀ ਗੱਲ ਕਰਨੀ ਉਹਨਾਂ ਨੂੰ ਔਖੀ ਹੈ ਤੇ ਬੱਚਿਆਂ ਦੇ ਥਰੂ ਕਰ ਸਕਦੇ ਜਾਂ ਕੋਈ ਜਿਹੜੇ ਆਪਸ ਵਿੱਚ ਇਹਨਾਂ ਦੀ ਜਾਣਦੇ ਹੁਣ ਉਹਨਾਂ ਦੇ ਥਰੂ ਗੱਲ ਕਰ ਸਕਦੇ, ਥੋੜਾ ਜਿਹਾ ਪਤਾ ਲੱਗ ਸਕਦਾ। ਆਈ ਲਾਈਕ ਦਾ ਆਈਡੀਆ ਕਿ ਕੁੜੀ ਅਗਰ ਕਰ ਸਕਦੀ ਹੈ ਥੋੜਾ ਉਹਨੂੰ ਕਰਨ ਵਾਸਤੇ, ਪਰ ਫਿਰ ਵੀ ਉਹ ਲੱਗਦਾ ਕਿ ਗੱਲ ਵੱਡੀ ਜ਼ਰੂਰ ਹੋ ਜਾਏਗੀ, ਉਹ ਸਾਰਿਆਂ ਨੂੰ ਪਤਾ ਜ਼ਰੂਰ ਲੱਗ ਜਾਏਗੀ 5-7 ਬੰਦਿਆਂ ਨੂੰ। ਹਾਂਜੀ, ਉਹਦੇ ਇਲਾਵਾ ਤੁਸੀਂ ਕੀ ਕਹੋਗੇ, ਉਹਦੇ ਇਲਾਵਾ ਇਹ ਖੁਦ ਕੀ ਕਰ ਸਕਦੇ ਨੇ? ਥਰਡ ਬੰਦੇ ਕੋਲੇ ਨਾ ਕਰਨ, ਸਿਰਫ ਉਹ ਮਤਲਬ ਜਿਹੜੇ ਅੰਕਲ ਹੈ ਲੜਕੀ ਗੱਲ ਕਰੇ ਜਾਂ ਉਹ ਆਂਟੀ ਨਾਲ ਗੱਲ ਕਰੇ, ਕਿਉਂਕਿ ਤੀਸਰੇ ਬੰਦੇ ਦੇ ਨਾਲ ਫਿਰ ਤਾਂ ਬਾਹਰ ਗੱਲ ਲੀਕ ਹੋ ਸਕਦੀ ਹੈ। ਗੱਲ ਦੇ ਇਲਾਵਾ ਇਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ? ਗੱਲ ਉਹ ਕਰ ਲੈਣੀ ਚਾਹੀਦੀ, ਕਿਉਂਕਿ ਇੰਨਾ ਟਾਈਮ ਕੱਢਣਾ, ਬਿਜ਼ਨਸ ਆ ਵੀ ਇਕੱਠੇ ਹੋਣਾ ਪੈਂਦਾ, ਕੋਈ ਫੰਕਸ਼ਨ ਆ ਕੁਛ ਆ, ਗੱਲ ਕਰ ਲੈਣ ਕਿਸੇ ਥਰੂ ਕਰ ਲੈਣ ਜਾਂ ਆਪ ਕਰ ਲੈਣ, ਗੱਲ ਕਰਕੇ ਇਹਨਾਂ ਨੂੰ ਸੰਤੁਸ਼ਟੀ ਮਿਲਦੀ ਤਾਂ ਬਹੁਤ ਵਧੀਆ ਗੱਲ ਹੈ। ਠੀਕ ਹੈ, ਤੇ ਜਿਹੜਾ ਮੈਂ ਹੁਣੇ ਪੁੱਛਿਆ ਤੁਹਾਨੂੰ, ਜਿਹੜਾ ਮੈਂ ਮੈਸੇਜ ਪੜਿਆ ਹੁਣੇ ਕਿ ਉਹ ਕਹਿ ਰਹੇ ਨੇ ਮੈਨੂੰ ਖੁਦ ਜੈਲਸੀ ਹੋ ਜਾਂਦੀ, ਉਹਨਾਂ ਨੂੰ ਕੀ ਕਹੋਗੇ? ਨਹੀਂ ਕਰਨੀ ਚਾਹੀਦੀ, ਕਿ ਆਪਣਾ ਸੁਭਾਅ ਬਦਲ, ਉਹ ਆਪਦੇ ਆਪ ਨੂੰ ਧੋਖਾ ਕਰ ਰਹੇ ਆ, ਆਪਦੇ ਆਪਦਾ ਸਰੀਰ ਖਰਾਬ ਕਰ ਰਹੇ, ਆਪਦਾ ਬੂਟ ਖਰਾਬ ਕਰ ਰਹੇ, ਆਪਦਾ ਟਾਈਮ ਖਰਾਬ ਕਰ ਰਹੇ। ਕੁਛ ਕੋਈ ਟਿਪ, ਕੋਈ ਟਿਪ ਕਿ ਕਿਸ ਤਰ੍ਹਾਂ ਬਦਲਣ, ਕੀ ਕਰਨ? ਟਿਪਸ ਤਾਂ ਇਹੀ ਹੋ ਸਕਦੀ ਵੀ ਜਦੋਂ ਉਹਨਾਂ ਨੂੰ ਜੈਲਸ ਦਾ ਆਉਂਦਾ ਕੋਈ ਹੋਰ ਪਾਸੇ ਆਪਦਾ ਮਨ ਲਾਉਣ, ਫਿਰ ਹੋ ਸਕਦਾ, ਕਿਉਂਕਿ ਆਪਾਂ ਨੂੰ ਵੀ ਆਏ ਹੁੰਦਾ, ਹੁਣ ਗੁਰਬਾਣੀ 'ਚ ਵੀ ਕਹਿੰਦੇ ਆ ਵੀ ਤੁਸੀਂ ਉਹ ਜੈਲਸ ਨਾ ਕਰੋ, ਤੁਸੀਂ ਹੋਰ ਪਾਸੇ ਧਿਆਨ ਲਾਓ ਜਿੱਥੇ ਤੁਹਾਨੂੰ ਸ਼ਾਂਤੀ ਮਿਲਦੀ ਆ, ਠੀਕ ਆ, ਤੁਸੀਂ ਹੌਲੀ ਹੌਲੀ ਹੌਲੀ, ਇਹ ਆਪਾਂ ਨੂੰ ਆਦਤ ਬਣ ਜਾਂਦੀ ਹੈ ਇੱਕ ਤਰ੍ਹਾਂ ਦੀ, ਆਦਤ ਸੰਸਕਾਰ ਬਣ ਜਾਂਦੇ ਜਦੋਂ ਆਪਾਂ ਜੈਲਸ ਕਰਦੇ, ਫਿਰ ਉਹ ਆਪਣਾ ਸੁਭਾਅ ਬਣ ਜਾਂਦਾ। ਤੁਸੀਂ ਉਹ ਆਪਾਂ ਨੂੰ ਹਟਣਾ ਇਸ ਪਾਸੇ ਤਾਂ ਬਹੁਤ ਔਖਾ, ਪਰ ਹਟਣਾ ਚਾਹੀਦਾ ਹੌਲੀ ਹੌਲੀ ਹੌਲੀ, ਅੱਜ ਨਹੀਂ ਕੁਛ ਟਾਈਮ ਲੱਗੂਗਾ। ਠੀਕ ਹੈ, ਹਾਂਜੀ, ਬਹੁਤ ਵਧੀਆ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ, ਥੈਂਕ ਯੂ। ਓਈ, ਯੂ ਨੋ, ਜੈਲਸੀ ਜਿਸ ਤਰ੍ਹਾਂ ਅਸੀਂ ਇੱਕ ਐਕਸੈਪਟਡ ਫੈਕਟ ਹੈ ਕਿ ਮਾੜੀ ਇਮੋਸ਼ਨ ਹੈ, ਭਾਵੇਂ ਉਹਦੇ ਨਾਲ ਤੁਹਾਨੂੰ ਸਾਹਮਣੇ ਉਹ ਡੀਲ ਕਰਨਾ ਪੈ ਰਿਹਾ ਅਤੇ ਭਾਵੇਂ ਤੁਹਾਡੇ ਆਪਣੇ ਅੰਦਰ ਹੈ, ਪਰ ਜਿਹੜਾ ਸਾਹਮਣੇ ਡੀਲ ਕਰ ਰਿਹਾ ਉਹਦਾ ਸ਼ਾਇਦ ਕੰਟਰੋਲ ਥੋੜ੍ਹਾ ਮੁਸ਼ਕਿਲ ਹੈ, ਕਿਉਂਕਿ ਅਗਰ ਤੁਸੀਂ ਏਮ ਸਿੱਧਾ ਜੈਲਸੀ ਨੂੰ ਕਰ ਰਹੇ ਹੋ ਅਗਲੇ ਬੰਦੇ ਦੀ, ਉਹ ਮੁਸ਼ਕਿਲ ਹੈ, ਜਿਵੇਂ ਸਾਰੇ ਸੁਜੈਸਟ ਕਰ ਰਹੇ ਹਾਂ। ਦੈਟਸ ਅ ਗੁੱਡ ਆਈਡੀਆ ਕਿ ਕੁੜੀ ਅਗਰ ਇਸ ਕਾਬਿਲ ਹੈਗੀ ਹੈ, ਸੈਂਸਿਟਿਵ ਗੱਲ ਕਰ ਸਕਦੀ ਹੈ ਉਹ ਅੰਕਲ ਨਾਲ, ਤਾਂ ਠੀਕ ਹੈ, ਬਟ ਅਦਰਵਾਈਜ਼ ਗੱਲ ਨਾਲੋਂ ਮੈਨੂੰ ਉਹੀ ਲੱਗਦਾ ਕਿ ਖੂਬ ਸਾਰਾ ਪਿਆਰ ਔਰ ਫਰੈਂਡਸ਼ਿਪ ਦਾ ਹੱਥ ਅਗਰ ਵਧਾਉਣ, ਇੱਕ ਅੰਡਰਸਟੈਂਡਿੰਗ ਵਾਲਾ ਅੰਦਰੋਂ ਵੀ, ਐਂਡ ਮੈਨੂੰ, ਮੈਂ ਬੜੀ ਬਿਲੀਵਰ ਹਾਂ ਇਸ ਚੀਜ਼ ਦੀ ਕਿ ਖਾਲੀ ਉੱਪਰੋਂ ਕਰਨ ਨਾਲ ਕੁਛ ਨਹੀਂ ਹੁੰਦਾ, ਅਸੀਂ ਜੋ ਕਹਿੰਦੇ ਹਾਂ, ਜੋ ਕਰਦੇ ਹਾਂ,
ਉਹਦਾ ਅਸਰ ਘੱਟ ਹੁੰਦਾ, ਪਰ ਜਿਹੜੀ ਐਨਰਜੀ ਜਿੱਥੇ ਅਸੀਂ ਮਤਲਬ ਅੰਦਰੋਂ ਕਰਦੇ ਹਾਂ ਤਾਂ ਉਹਦਾ ਅਸਰ ਹੁੰਦਾ। ਸੋ ਉਹ ਪਛਾਣਿਆ ਜਾਂਦਾ, ਉਹ ਐਨਰਜੀ ਦਾ ਟ੍ਰਾਂਸਫਰ ਜਿਹੜਾ ਹੈ। ਸੋ ਅਗਰ ਤੁਸੀਂ ਵਾਕਈ ਮੰਨ ਚੁੱਕੋ ਯਾਰ ਉਹ ਵਿਚਾਰੀ ਹੈ ਇਸ ਤਰ੍ਹਾਂ ਨਾਲ ਉਹ ਕਰ ਰਹੀ ਹੈ, ਮਤਲਬ ਮੈਨੂੰ ਮੈਨੂੰ ਸਿੰਪਥੀ ਹੈ ਉਹਦੇ ਨਾਲ ਕਿ ਉਹ ਇਸ ਤਰ੍ਹਾਂ ਦੀ ਫੀਲਿੰਗ ਨਾਲ ਆਪਣੇ ਆਪ ਨੂੰ ਤੰਗ ਕਰ ਰਹੀ ਹੈ, ਸੋ ਹਾਊ ਕੈਨ ਆਈ ਸਪੋਰਟ ਹਰ? ਐਂਡ ਦੈਨ ਮੇ ਬੀ ਯੂ ਨੋ ਉਹ ਫੀਲਿੰਗ ਡਿਫਰੈਂਟ ਹੋਏਗੀ, ਕਿਉਂਕਿ ਇੱਕ ਬੰਦਾ ਕਟਾਕਸ਼ ਕਰ ਰਿਹਾ, ਦੂਜਾ ਵੀ ਥੋੜ੍ਹਾ ਕੁਝ ਜਵਾਬ ਦੇ ਰਿਹਾ ਜਾਂ ਨਹੀਂ ਦੇ ਰਿਹਾ, ਪਰ ਬੋਡੀ ਮੂਵਮੈਂਟ ਬੋਡੀ ਲੈਂਗੁਏਜ ਕੁਛ ਐਸਾ ਕਹਿ ਗਈ ਹੈ। ਉੱਧਰੋਂ ਜੇ ਜੈਲਸ ਜਿਹੜਾ ਕਹਿ ਰਹੇ ਕਿ ਮੈਨੂੰ ਹੁੰਦੀ ਹੈ, ਉਹਦੇ 'ਚ ਮੈਨੂੰ ਲੱਗਦਾ ਕਿ ਪਹਿਲੇ ਤਾਂ ਜਿਵੇਂ ਪਤਾ ਕਰਨਾ ਚਾਹੀਦਾ ਵੀ ਕਿਉਂ ਹੁੰਦੇ ਆ ਜੈਲਸ। ਜਿਵੇਂ ਮੈਂ ਪਹਿਲੇ ਕਿਹਾ, ਸਮਟਾਈਮਸ ਹਸਬੈਂਡਸ ਨੇ ਰੀਜ਼ਨਸ ਦਿੱਤੇ ਹੁੰਦੇ ਆ ਯੰਗਰ ਏਜ ਵਿੱਚ ਕਿਸੇ ਵੇਲੇ, ਐਂਡ ਦੈਨ ਉਹ ਕਰਦੇ 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 ਪੈਟਰਨ ਬਣ ਗਿਆ, ਜਿਵੇਂ ਇਹਨਾਂ ਨੇ ਕਿਹਾ ਕਿ ਆਦਤ ਹੀ ਬਣ ਗਈ ਹੈ, ਕਿਉਂਕਿ ਉਹਨੂੰ ਚੈੱਕ ਨਹੀਂ ਕੀਤਾ, ਬਾਈ ਡਿਫੋਲਟ ਚੱਲੀ ਜਾ ਰਿਹਾ ਕੰਮ। ਸੋ ਉਹਨੂੰ ਰੋਕਣ ਵਾਸਤੇ ਐਫਰਟ ਪਾਉਣੀ ਪਏਗੀ। ਲੈਟਸ ਸੀ ਕਿ ਯੂ ਨੋ ਕਿਸ ਤਰ੍ਹਾਂ ਦੀਆਂ ਐਫਰਟਸ ਪਾ ਸਕਦੇ ਹਾਂ। ਜ਼ਰੂਰ ਗੱਲ ਕਰੋ, ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ, ਡੋਂਟ ਗੋ ਐਨੀਵੇਅਰ। ਸਾਰਿਆਂ ਦਾ ਫਿਰ ਸਵਾਗਤ ਹੈ। ਆਫਕੋਰਸ ਅਸੀਂ ਐਕਸੈਪਟ ਕੀਤਾ ਹੈ ਕਿ ਜੈਲਸੀ ਜਿਹੜੀ ਹੈ ਬੜੀ ਯੂ ਨੋ ਕੌਸਟਿਕ ਪੋਇਜ਼ਨਸ ਫੀਲਿੰਗ ਹੈ, ਅੰਦਰੋਂ ਇਰੋਡ ਕਰ ਦਿੰਦੀ ਹੈ। ਸੋ ਬੈਸਟ ਇਜ਼ ਆਈ ਵੁੱਡ ਸੇ ਕਿ ਡੋਂਟ ਐਕਟ ਔਨ ਇਟ। ਜਦ ਪਛਾਣ ਲਿਆ ਨਾ, ਸਪੈਸ਼ਲੀ ਜਿਹਨਾਂ ਨੇ ਸਾਨੂੰ ਪੁੱਛਿਆ, ਉਹ ਅਵੇਅਰਨੈਸ ਇਹ ਤਾਂ ਹੈ ਕਿ ਮੈਂ ਜੈਲਸ ਹੁੰਦੀ ਹਾਂ, ਮੈਂ ਬੜੀ ਵਾਰੀ ਹੁੰਦੀ ਹਾਂ ਇੰਝ, ਡੋਂਟ ਐਕਟ ਔਨ ਇਟ। ਜਦੋਂ ਐਕਟ ਕਰ ਲੈਂਦੇ ਹੋ ਨਾ, ਐਕਟ ਮਤਲਬ ਕਿਸੇ ਨਾਲ ਬੁਰਾ ਤਰ੍ਹਾਂ ਬੋਲ ਲਿਆ, ਜੈਲਸੀ 'ਚ ਸਰਕਾਸਟਿਕ ਹੋ ਗਏ, ਕਿਸੇ ਨੂੰ ਕਟਾਂਕਸ਼ ਕੱਟਤਾ, ਜਾਂ ਫਿਰ ਹਸਬੈਂਡ ਨੂੰ ਜਾਂ ਯੂ ਨੋ ਰੋਮੈਂਟਿਕ ਪਾਰਟਨਰ ਦੀ ਗੱਲ ਹੋ ਰਹੀ ਹੈ ਇਸ ਵੇਲੇ, ਰੋਮੈਂਟਿਕ ਪਾਰਟਨਰ ਨੂੰ ਕਹਿਤਾ ਕਿ ਤੁਸੀਂ ਇੰਝ ਨਹੀਂ ਕਰਨਾ, ਜਾਂ ਆਊਟ ਆਫ ਜੈਲਸੀ ਤੁਸੀਂ ਐਕਟ ਕਰਕੇ, ਐਕਟ ਨੂੰ ਆਪਣੇ ਕੰਟਰੋਲ 'ਚ ਰੱਖੋ, ਡੋਂਟ ਐਕਟ। ਫੀਲਿੰਗਸ ਨੂੰ ਯੂ ਨੋ ਥੋੜ੍ਹੀ ਦੇਰ ਬਾਅਦ ਬਦਲ ਜਾਏਗੀ ਅਤੇ ਸੰਭਾਲਣਾ ਆਸਾਨ ਹੈ, ਪਰ ਜਿਹੜਾ ਐਕਸ਼ਨ ਹੋ ਗਿਆ, ਮੂੰਹ 'ਚੋਂ ਗਲਤ ਵਰਡਸ ਨਿਕਲ ਗਏ, ਉਹ ਕੰਪਲੀਕੇਟ ਕਰ ਦਿੰਦਾ ਸਭ ਕੁਝ, ਕਿਉਂਕਿ ਉਹ ਫਿਰ ਅੱਗੋਂ ਤੁਹਾਡੇ ਹੱਥੋਂ ਤਾਂ ਗੱਲ ਨਿਕਲ ਚੁੱਕੀ ਹੈ, ਫਿਰ ਯੂ ਨੋ ਉਹ ਆਪਣਾ ਕੰਮ ਕਰੇਗਾ। ਸੋ ਆਈ ਥਿੰਕ ਫਸਟ ਆਫ ਆਲ ਤਾਂ ਇਹ ਜ਼ਰੂਰ ਹੈ ਕਿ ਤੁਸੀਂ ਡੋਂਟ ਐਕਟ ਔਨ ਇਟ, ਐਂਡ ਦੂਜਾ ਫਿਰ ਆਪਣੇ ਆਪ ਨੂੰ ਕਾਮ ਡਾਊਨ ਕਰੋ। ਜਿਵੇਂ ਪਿੱਛੇ ਕਿਸੇ ਵਿਅਰ ਨੇ ਵੀ ਕਿਹਾ ਕਿ ਜਦ ਸਮਝ ਹੀ ਆ ਗਈ ਕਿ ਇਹ ਗਲਤ ਫੀਲਿੰਗ ਹੈ, ਦੈਨ ਜਸਟ ਮੈਡੀਟੇਟ, ਕਾਮ ਡਾਊਨ, ਹੈਵ ਕੌਨਫੀਡੈਂਸ ਇਨ ਯੋਰ ਸੈਲਫ। ਆਪਣਾ ਕੌਨਫੀਡੈਂਸ ਰੇਜ਼ ਕਰਨ ਨੂੰ, ਆਪਣੀ ਇਨਸਿਕਿਉਰਟੀ ਰੇਜ਼ ਕਰਨ ਨੂੰ ਕੁਛ ਵੀ ਕਰੋ। ਅਗਰ ਤੁਸੀਂ ਲੱਗਦਾ ਤੁਹਾਨੂੰ ਪਰਸਨੈਲਿਟੀ 'ਚ ਹੈ, ਗੁੱਸਾ ਆ ਜਾਂਦਾ ਹੈ, ਉਹ ਕਰਦੇ ਹੋ, ਦੈਨ ਯੂ ਨੋ ਯੂ ਹੈਵ ਟੂ ਐਕਟ ਔਨ ਇਟ ਕਿ ਨਹੀਂ ਮੈਂ ਇਹ ਨਹੀਂ ਕਰਨਾ। ਪਰ ਅਗਰ ਜਿਸ ਤਰ੍ਹਾਂ ਅਸੀਂ ਕਿਹਾ ਕਿ ਕੋਈ ਐਕਸਪੀਰੀਅੰਸ ਐਸਾ ਹੈ ਤਾਂ ਤੁਹਾਨੂੰ ਹੀਲ ਕਰਨਾ ਪਏਗਾ। ਬਹੁਤ ਵਾਰੀ ਕੇਸਿਸ ਵਿੱਚ ਦੇਖਿਆ ਕਿ ਪਹਿਲੇ ਕਦੀ ਇੱਕ ਵਾਰੀ ਐਕਸਪੀਰੀਅੰਸ ਹੋਇਆ, ਉਸ ਤੋਂ ਬਾਅਦ ਸਾਰੀ ਉਮਰ ਉਹ ਉਸੀ ਫੀਲਿੰਗ ਵਿੱਚ ਰਹੇ ਹੈ। ਸੋ ਪੂਰੀ ਤਰ੍ਹਾਂ ਹੀਲ ਕਰਨਾ ਬਹੁਤ ਜ਼ਰੂਰੀ ਹੈ, ਔਰ ਪਾਸਟ ਨੂੰ ਉੱਥੇ ਹੀ ਰਹਿਣ ਦਿਓ ਜਿੱਥੇ ਉਹ ਬਿਲੋਂਗ ਕਰਦਾ। ਡੋਂਟ ਬ੍ਰਿੰਗ ਦ ਪਾਸਟ ਅਗੇਨ ਐਂਡ ਅਗੇਨ। ਇਫ ਯੂ ਹੈਵ ਚੋਜ਼ਨ ਟੂ ਬੀ ਵਿਦ ਦਿਸ ਪਰਸਨ, ਤੁਸੀਂ ਚੂਜ਼ ਕੀਤਾ ਹੈ ਕਿ ਮੈਂ ਇਸੇ ਬੰਦੇ ਨਾਲ ਰਹਿਣਾ ਹੈ ਜਾਂ ਬੰਦੀ ਨਾਲ ਰਹਿਣਾ ਹੈ, ਯੂ ਨੋ ਪਾਰਟਨਰ ਨਾਲ ਰਹਿਣਾ ਹੈ, ਅਤੇ ਫਿਰ ਦੈਨ ਜਸਟ ਫੋਰਗੇਟ ਅਬਾਊਟ ਵਾਟ ਹੈਪਨਡ। ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਉਹੀ ਚੀਜ਼ ਨੂੰ ਬਾਰ ਬਾਰ ਆਪਣੇ ਮਨ ਵਿੱਚ, ਖਿਆਲਾਂ ਦੇ ਵਿੱਚ ਜਾਂ ਫਿਰ ਜ਼ਾਹਿਰਾ ਤੌਰ 'ਤੇ ਲੈ ਕੇ ਆਉਂਦੇ ਆ, ਦੈਟ ਕਿਲਸ ਅ ਰਿਲੇਸ਼ਨਸ਼ਿਪ। ਉਹ ਬਹੁਤ ਜ਼ਰੂਰੀ ਹੈ। ਸੋ ਬਹੁਤ ਸਾਰੀਆਂ ਗੱਲਾਂ ਹੈ ਜੈਲਸੀ ਦੇ ਬਾਰੇ, ਅਸੀਂ ਹੋਰ ਵੀ ਗੱਲਾਂ ਕਰਾਂਗੇ ਅਨਦਰ ਟਾਈਮ। ਬਟ ਇਹੀ ਇੰਟਰਸਟਿੰਗ ਕਿ ਯੂ ਨੋ ਇੱਕ ਕਿਸੇ ਨੇ ਸ਼ੇਅਰ ਕਰ ਲਿਆ ਕਿ ਮੈਂ ਉਸ 'ਚੋਂ ਗੁਜ਼ਰ ਰਹੀ ਹਾਂ, ਕਿ ਮੈਨੂੰ ਹੋ ਜਾਂਦੀ ਹੈ, ਐਂਡ ਮੈਂ ਦੇਖਦੀ ਹਾਂ ਕਿ ਮੈਨੂੰ ਕਿੰਨੀ ਪ੍ਰੋਬਲਮਸ ਹੁੰਦੀਆਂ ਉਹਦੇ ਕਰਕੇ। ਸੋ ਇਟਸ ਵੈਰੀ ਗੁੱਡ ਕਿ ਅਸੀਂ ਇਸ ਪਰਿਵਾਰ 'ਚ ਬੈਠ ਕੇ ਐਟਲੀਸਟ ਬੜੇ ਓਨੈਸਟ ਕਨਫੈਸ਼ਨਸ ਵੀ ਕਰ ਸਕਦੇ ਹਾਂ, ਆਪਣੀ ਉਹ ਗੱਲ ਜਿਹੜੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਉਹ ਕਹਿ ਦੱਸ ਸਕਦੇ ਹਾਂ। ਸੋ ਇਹਨਾਂ ਵਾਸਤੇ ਤਾਂ ਜ਼ਰੂਰ ਇਹੀ ਕਹਾਂਗੇ ਜਿਨ੍ਹਾਂ ਨੇ ਸਾਨੂੰ ਪਹਿਲੇ ਸਵਾਲ ਪੁੱਛਿਆ ਕਿ ਡੋਂਟ ਆਪਣੇ ਮਨ ਦੇ ਉੱਤੇ ਬਹੁਤ ਭਾਰ ਨਾ ਪਾਓ। ਉਹ ਜੋ ਕਰ ਰਿਹਾ ਉਹ ਤੁਹਾਡਾ, ਉਹਦੇ ਵਿੱਚ ਇੰਨਾ ਜ਼ਿਆਦਾ ਅਪਸੈਟ ਹੋਣਾ ਨਹੀਂ ਠੀਕ। ਹੋ ਗਿਆ ਕਿ ਤੁਸੀਂ ਸਾਡੇ ਨਾਲ ਗੱਲ ਕੀਤੀ, ਅੱਜ ਕੱਲ੍ਹ ਤੁਸੀਂ ਅਪਸੈਟ ਹੋ, ਕਾਮ ਡਾਊਨ, ਲੈਟ ਹਰ ਡੂ ਵਟ ਸ਼ੀ ਇਜ਼ ਡੂਇੰਗ। ਬਟ ਮੈਨੂੰ ਲੱਗਦਾ ਕਿ ਲੋਟ ਆਫ ਵਾਰਮ ਐਂਡ ਲਵ ਅਗਰ ਤੁਸੀਂ ਉਹਨਾਂ ਉਹ ਵੱਲ ਦੇ ਭੇਜਦੇ ਹੋ ਤਾਂ ਥਿੰਗਸ ਵਿਲ ਡੂ ਬੈਟਰ। ਜਿਸ ਤਰ੍ਹਾਂ ਹਰਮਿੰਦਰ ਜੀ ਨੇ ਵੀ ਕਿਹਾ, ਐਕਸਟੈਂਡ ਅ ਹੈਂਡ ਆਫ ਕਿ ਓਕੇ ਲੈਟਸ ਗੋ ਸਮਵੇਅਰ, ਆਈਲ ਟੇਕ ਯੂ ਆਊਟ ਫੋਰ ਦੇਅਰ, ਮੂਵੀ ਜਾਣਾ ਹੈ। ਆਈ ਵੁੱਡ ਸੇ ਇਕੱਠੇ ਨਾਲ ਫਾਇਦਾ ਹੁੰਦਾ, ਉਹ ਦੇਖ ਲਓ। ਅਗਰ ਇਕੱਲੇ ਉਹਨਾਂ ਨੂੰ ਕਦੀ ਜਾਣਾ ਹੈ ਜਾਂ ਆਪਣੀਆਂ ਫਰੈਂਡਸ ਦੇ ਨਾਲ ਇਨਵੋਲਵ ਕੀਤਾ ਕਦੀ, ਉਹ ਦੇਖ ਲਓ। ਬਿਕੋਜ਼ ਸਮਟਾਈਮਸ ਹੋਰ ਕੁਛ ਨਹੀਂ, ਅਗਰ ਜ਼ਿਆਦਾ ਨਹੀਂ ਕੋਈ ਕਰ ਰਿਹਾ ਤਾਂ ਉਹ ਕਹਿੰਦੇ ਨਾ ਐਮ ਡੈਵਲਸ ਮਾਇੰਡ, ਅਗਰ ਖਾਲੀ ਬੈਠਿਆਂ ਤਾਂ
ਖਿਆਲ ਸਾਨੂੰ ਉਹ ਆਉਂਦੇ ਆ ਸੋ ਗੈਟ ਹਰ ਆਊਟ ਆਫ ਦੈਟ ਫੀਲਿੰਗ ਐਂਡ ਦੈਨ ਮੈਨੂੰ ਲੱਗਦਾ ਬਿਜ਼ਨਸ ਦੀ ਇੰਪੋਰਟੈਂਸ ਵੀ ਉਹਨਾਂ ਨੂੰ ਸਮਝ ਨਹੀਂ ਗਈ ਕਿ ਸਾਰਿਆਂ ਦਾ ਆਪਣਾ ਰੋਲ ਹੈ ਔਰ ਸਾਰਿਆਂ ਦਾ ਬੜਾ ਇੰਪੋਰਟੈਂਟ ਹੈ ਦੈਟ ਵਿਲ ਹੈਲਪ ਆਲਸੋ ਕਿ ਤੁਹਾਡਾ ਇੰਪੋਰਟੈਂਟ ਰੋਲ ਹੈ ਜਿਹੜਾ ਤੁਸੀਂ ਬਿਜ਼ਨਸ ਨੂੰ ਦੇ ਰਹੇ ਹੋ ਔਰ ਉਹਨਾਂ ਨੂੰ ਵੀ ਬੜੇ ਫਾਇਦੇ ਹੋ ਰਹੇ ਆ ਉਸ ਚੀਜ਼ ਦੇ ਸੋ ਯੂ ਪੁਟਿੰਗ ਸੋ ਮੱਚ ਆਫ ਟਾਈਮ ਐਂਡ ਐਨਰਜੀ ਐਂਡ ਤੁਹਾਡਾ ਜੋ ਵੀ ਐਕਸਪਰਟੀਜ਼ ਹੈਗੀ ਹੈ ਉਸ ਬਿਜ਼ਨਸ ਦੇ ਵਿੱਚ ਪਾ ਰਹੇ ਹੋ ਸੋ ਉਹਨਾਂ ਨੂੰ ਉਹਦਾ ਬੜਾ ਫਾਇਦਾ ਹੋ ਰਿਹਾ ਸ਼ੀ ਸ਼ੁੱਡ ਅੰਡਰਸਟੈਂਡ ਦੈਟ ਉਹ ਡੈਫੀਨੇਟਲੀ ਕਿਸੇ ਤਰ੍ਹਾਂ ਕਨਵੇ ਹੋਣਾ ਚਾਹੀਦਾ ਸੋ ਬੜੇ ਸਾਰੇ ਯੂ ਨੋ ਸੁਜੈਸ਼ਨਸ ਆਏ ਹੈ ਜੋ ਤੁਹਾਨੂੰ ਬੈਸਟ ਲੱਗਦਾ ਤੁਹਾਨੂੰ ਪਤਾ ਕਿ ਤੁਹਾਡੇ ਇਰਦ ਗਿਰਦ ਕਿਸ ਤਰ੍ਹਾਂ ਦੇ ਬੰਦੇ ਨੇ ਕੀ ਹੈਗਾ ਤੁਹਾਡੀ ਬੇਟੀ ਅਗਰ ਯੂ ਨੋ ਸ਼ੀ ਇਜ਼ ਕੈਨ ਕੈਪੇਬਲ ਆਫ ਟਾਕਿੰਗ ਅਬਾਊਟ ਦਿਸ ਸੋ ਬੜੀ ਸਾਰੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ ਪਰ ਮਨ ਨੂੰ ਆਪਣਾ ਸ਼ਾਂਤ ਕਰਨ ਵਾਸਤੇ ਕਿ ਉਹ ਜ਼ਰੂਰ ਉਹਦਾ ਵੀ ਨਾਲ ਨਾਲ ਧਿਆਨ ਰਵੇ ਅਗੇਨ ਮੈਂ ਜ਼ਰੂਰ ਰਿਪੀਟ ਕਰਦਾ ਕੱਲ੍ਹ ਦਾ ਡੂ ਨਾਟ ਮਿਸ ਦ ਐਪੀਸੋਡ ਇਟਸ ਗੋਇੰਗ ਟੂ ਬੀ ਵੈਰੀ ਇੰਟਰਸਟਿੰਗ ਵੈਰੀ ਬਿਊਟੀਫੁੱਲ ਆਲਸੋ ਕਿਉਂਕਿ ਬਹੁਤ ਸਾਰੀਆਂ ਉਹ ਆਪਣੀਆਂ ਜਿਹੜੇ ਉਹਨਾਂ ਨੇ ਕੋਸਟਿਊਮਸ ਬਣਾਏ ਨੇ ਜਿਹੜੀਆਂ ਗਾਊਨਸ ਬਣਾਏ ਨੇ ਔਰ ਉਹ ਲੈ ਕੇ ਆਉਣਗੇ ਸੋ ਯੂ ਵਿਲ ਸੀ ਦੈਟ ਉਹ ਵੀ ਲੈ ਕੇ ਦੇਖੋਗੇ ਲਾਈਵ ਕਾਲਸ ਵੀ ਲੈਣਗੇ ਐਂਡ ਤੁਹਾਨੂੰ ਕੁਛ ਫੈਸ਼ਨ ਟਿਪਸ ਵੀ ਦੇਣਗੇ ਹੀ ਇਜ਼ ਅ ਰਿਨਾਊਂਡ ਨਿਊਯਾਰਕ ਬੇਸਡ ਆਰਟਿਸਟ ਐਂਡ ਫੈਸ਼ਨ ਡਿਜ਼ਾਈਨਰ ਰਜਨੀਸ਼ ਮਲਹੋਤਰਾ ਸੋ ਡੋਂਟ ਮਿਸ ਦੈਟ ਸੋ ਅੱਜ ਵਾਸਤੇ ਇੰਨਾ ਹੀ ਬਟ ਡੂ ਰਾਈਟ ਟੂ ਮੀ ਅਰਵਿੰਦ ਐਟ ਜਸਟ ਬ੍ਰੋਡਕਾਸਟਿੰਗ ਡੋਟ ਕੋਮ ਕਦੀ ਕੋਈ ਸਵਾਲ ਸੁਜੈਸ਼ਨ ਜਾਂ ਕਈ ਵਾਰੀ ਬੜੇ ਲੋਕ ਕਹਿੰਦੇ ਨੇ ਕਿ ਅਸੀਂ ਕਾਲ ਨਹੀਂ ਕੀਤੀ ਪਰ ਅਸੀਂ ਇਹ ਸੋਚ ਰਹੇ ਸੀ ਸੈਂਡ ਇਟ ਟੂ ਮੀ ਸੋ ਈਮੇਲ ਲਿਖੋ ਬੱਚਿਆਂ ਨੂੰ ਯੂ ਨੋ ਪੁੱਛੋ ਕਿਸ ਤਰ੍ਹਾਂ ਲਿਖਣੀ ਹੈ ਕੀ ਕਰਨਾ ਫੇਸਬੁੱਕ ਪੇਜ 'ਤੇ ਜਾਓ ਉਹ ਵੀ ਇੱਕ ਇੰਟਰਸਟਿੰਗ ਉਹ ਹੋਏਗਾ ਕਿ ਕੁਛ ਨਵਾਂ ਸਿੱਖੋਗੇ ਜਿਹੜੇ ਨਹੀਂ ਲਿਖਦੇ ਹਾਲੇ ਤੱਕ ਜਿਹੜੇ ਲਿਖਦੇ ਹੈ ਥੈਂਕ ਯੂ ਸੋ ਮੱਚ ਫੋਰ ਦੈਟ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ